ਜਦੋਂ ਅਸੀਂ ਕਿਸਾਨੀ ਆंदोलਨ ਦੀ ਗੱਲ ਕਰਦੇ ਆ ਨਾ ਅਸੀਂ ਹਮੇਸ਼ਾ ਇਹ ਕਹਿੰਦੇ ਆ ਇਹ ਸਾਡੀ ਹੋਣ ਦੀ ਲੜਾਈ ਹੈ ਅਸੀਂ ਆਪਣੇ ਆਪ ਦੀ ਆਈਡੈਂਟੀਟੀ ਦੀ ਪਾਲ ਉਹਦੇ ਚ ਰਹਿਨੇ ਆ ਅਕਸਰ ਹੀ ਔਰ ਇਹ ਆਈਡੈਂਟੀਟੀ ਜਿਹੜੀ ਹੈ ਨਾ ਇਹ ਬਹੁਤ ਵੱਡੀ ਚੀਜ਼ ਹੈ ਇਹ ਤੁਹਾਨੂੰ ਡਿਫਾਈਨ ਕਰਦੀ ਹੈ ਅੱਜ ਅਸੀਂ ਰਾਜ ਸਿੰਘ ਪੰਡਾਲ ਜਿਹੜੇ ਨੇ ਕਿਊਰੇਟਰ ਨੇ ਵੰਜਾਰਾ ਨੋਮੈਡ ਕਲੈਕਸ਼ਨਸ ਦੇ ਉਹਨਾਂ ਨੇ ਨਾ ਇੱਕ ਮੁਹਿੰਮ ਸ਼ੁਰੂ ਕੀਤੀ ਕਹਿੰਦੇ ਆਈ ਐਮ ਨਾਟ ਸਾਉਦੇਸ਼ੀ ਜਦੋਂ ਉਹਨਾਂ ਨੇ ਇਹ ਗੱਲ ਪਹਿਲੀ ਵਾਰ ਸਾਡੇ ਨਾਲ ਸਾਂਝੀ ਕੀਤੀ ਨਾ ਸਵਾਲ ਇਹੀ ਸੀ ਜੋ ਤੁਹਾਡੇ ਮਨ 'ਚ ਹੋਏਗਾ ਕਾ ਤੂੰ ਨਹੀਂ ਆਸੀ ਸਾਊਥ ਏਸ਼ੀਅਨ ਕਿਉਂਕਿ ਸਾਨੂੰ ਵਿਕੀਪੀਡੀਆ ਨੇ ਤੇ ਹੀ ਦੱਸਿਆ ਸਾਨੂੰ ਹਿਸਟਰੀ ਵੀ ਇਹੀ ਦੱਸਦੀ ਹੈ ਕਾ ਦੀ ਅਸੀਂ ਉਹਨਾਂ ਦਾ ਸਵਾਗਤ ਸਸਰੀਕਾਲ ਰਾਜ ਸਿੰਘ ਜੀ ਸਸਰੀਕਾਲ ਜੈਸਮਿਨ ਤੇ ਅਲਬਰਟਾ ਨੂੰ ਸਾਡੇ ਵੱਲੋਂ ਸਸਰੀਕਾਲ ਜਿਹੜੇ ਵੀ ਸਾਡੇ ਵੀਰ ਭੈਣ ਬਜ਼ੁਰਗ ਸੁਣ ਰਹੇ ਨੇ ਉਹ ਜਿਹੜੇ ਜੁੜੇ ਹੋਏ ਨੇ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਜਿਹੜੇ ਕਿਸਾਨੀ ਮੋਰਚੇ ਤੇ ਇਸ ਟਾਈਮ ਜਿਹੜੇ ਤੁਰੇ ਹੋਏ ਨੇ ਘਰਾਂ ਤੋਂ ਜੀ ਅ ਅਸੀਂ ਉਹਨਾਂ ਦੀ ਵੀ ਅਰਦਾਸ ਕਰਦੇ ਆ ਉਹਨਾਂ ਦੀ ਵੀ ਖੈਰ ਮੰਗਦੇ ਆ ਅ ਉਹ ਵੀ ਆਇਡੈਂਟੀਟੀ ਦੀ ਲੜਾਈ ਹੋ ਰਹੀ ਆ ਜੀ ਸੋ ਜਿਹੜੀ ਗੱਲ ਅੱਜ ਆਪਾਂ ਕਰਨ ਲਈ ਇਕੱਠੇ ਹੋਏ ਆ ਕਿ ਇਹ ਕੋਮਾ ਜਾਂ ਤਾਂ ਆਪਣੇ ਆਪ ਨੂੰ ਡਿਫਾਈਨ ਕਰਦਿਆਂ ਨੇ ਜਾਂ ਕੋਈ ਉਹਨਾਂ ਨੂੰ ਡਿਫਾਈਨ ਕਰਦਾ ਸੋ ਸਾਨੂੰ ਇਹ ਬਹਿ ਕੇ ਸੋਚਣ ਦੀ ਲੋੜ ਆ ਕਿ ਅਸੀਂ ਕਿਸੇ ਨੂੰ ਖੁਦ ਨੂੰ ਡਿਫਾਈਨ ਕਰਨ ਦੇਣਾ ਹੂੰ ਕਿ ਅਸੀਂ ਆਪਣੇ ਆਪ ਨੂੰ ਡਿਫਾਈਨ ਕਰਨਾ ਹੈ ਹੂੰ ਸੋ ਜਿਹੜਾ ਮੂਲ ਸਵਾਲ ਉਹ ਇਹ ਹੈ ਜੀ ਜਦੋਂ ਤੁਸੀਂ ਕਹਿੰਦੇ ਹੋ ਰਾਜਰੀ ਕੀ ਡਿਫਾਈਨ ਕਰਨਾ ਡਿਫਾਈਨ ਨੂੰ ਤੁਸੀਂ ਕਿਦਾਂ ਡਿਫਾਈਨ ਕਰਦੇ ਹੋ ਡਿਫਾਈਨ ਜਿਸ ਤਰ੍ਹਾਂ ਜਿਹੜੇ ਖੇਤਰ ਚੋਂ ਅਸੀਂ ਆਏ ਹੋਏ ਆ ਜਿਹੜਾ ਸਾਡਾ ਇਤਿਹਾਸ ਹੈ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਹੈ ਉਹਦੇ ਤੋਂ ਪਿੱਛੇ ਗੁਰੂ ਸਾਹਿਬ ਦਾ ਟਾਈਮ ਹੈ ਸੋ ਇੱਕ ਸਾਡੀ ਪਛਾਣ ਆ ਜਿਹੜੀ ਅਸੀਂ ਕਹਿੰਦੇ ਆ ਕਿ ਅਸੀਂ ਸਿੱਖ ਕੈਨੇਡੀਅਨ ਆ ਪੰਜਾਬੀ ਕੈਨੇਡੀਅਨ ਆ ਔਰ ਕਿਉਂਕਿ ਅਸੀਂ ਕੈਨੇਡਾ 'ਚ ਰਹਿ ਰਹੇ ਆ ਤੇ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ ਵੀ ਆਰ ਪ੍ਰਾਊਡ ਸਿੱਖ ਕੈਨੇਡੀਅਨਸ ਜਾਂ ਵੀ ਆਰ ਪ੍ਰਾਊਡ ਪੰਜਾਬੀ ਕੈਨੇਡੀਅਨਸ ਸੋ ਇਸ ਤਰ੍ਹਾਂ ਮੈਂ ਇਹਨੂੰ ਡਿਫਾਈਨ ਕਰਦਾ ਔਰ ਜਿਹੜੇ ਆਪਣੇ ਇਸੇ ਤਰ੍ਹਾਂ ਜਿਹੜੇ ਸੱਭਿਆਚਾਰ ਨੇ ਉਹ ਵੀ ਆਪਣੇ ਆਪ ਨੂੰ ਜਿਹੜੇ ਉਹਨਾਂ ਦੇ ਯਾਦਾ ਨੇ ਉਹ ਉਹਨਾਂ ਨਾਲ ਉਹ ਡਿਫਾਈਨ ਕਰਦੇ ਨੇ ਤੇ ਇਹ ਇਹ ਜਿਹੜੀ ਡੈਫੀਨੇਸ਼ਨ ਕਹਿ ਲਓ ਨਾ ਇਸ ਕੋਮਾ ਦੇ ਜੇ ਆਪਾਂ ਉਹਨਾਂ ਨੂੰ ਇਦਾਂ ਕਹਿ ਲਈਏ ਕਿ ਉਹਨਾਂ ਦੇ ਮਸਤਕ ਦੇ ਉੱਪਰ ਅੰਕਿਤ ਹੁੰਦੀਆਂ ਨੇ ਇਹ ਔਰ ਇਹੀ ਉਹ ਆਪਣਾ ਚਿਹਰਾ ਮੋਹਰਾ ਲੈ ਕੇ ਦੁਨੀਆ ਦੇ ਅੱਗੇ ਪੇਸ਼ ਹੁੰਦੇ ਨੇ ਜਿਹੜੇ ਚਿੰਨ ਬਿੰਬ ਨੇ ਉਹਨਾਂ ਤੋਂ ਆਪਣੀ ਪਛਾਣ ਹੁੰਦੀ ਹੈ ਔਰ ਜਿਹੜੀਆਂ ਕੋਮਾ ਆਪਣੇ ਸੱਭਿਆਚਾਰ ਵੱਲ ਪਿੱਠ ਮੋੜ ਲੈਂਦੀਆਂ ਨੇ ਉਹਨਾਂ ਦੇ ਫਿਸਰੂਪ ਤੇ ਸਿਧਾਂਤ ਦੋਨੇ ਗਵਾ ਜਾਂਦੇ ਨੇ ਸੋ ਇਹ ਜੇ ਤਾਂ ਆਪਾਂ ਸਰਫੇਸ ਲੈਵਲ ਤੋਂ ਉਹਨੂੰ ਦੇਖਣਾ ਹੋਵੇ ਉਹ ਇਵੇਂ ਲੱਗਦਾ ਕਿ ਜਿਹੜੀ ਇਹ ਟਰਮ ਹੈ ਬੜੀ ਇਨਕਲੂਸਿਵ ਜੀ ਟਰਮ ਹੈ ਪਰ ਜਦੋਂ ਇਹਨੂੰ ਆਪਾਂ ਥੋੜ੍ਹਾ ਜਿਹਾ ਮਾਈਕਰੋ ਲੈਵਲ ਤੇ ਜਾ ਕੇ ਦੇਖਦੇ ਆ ਕਿ ਇਹਦੇ ਨਾਲ ਕਿਹੜੀਆਂ-ਕਿਹੜੀਆਂ ਪਛਾਣਾਂ ਖਤਮ ਹੋ ਜਾਂਦੀਆਂ ਨੇ ਜੀ ਕਿਉਂਕਿ ਜੇ ਜਿਹੜੀ ਜਗ੍ਹਾ ਤੋਂ ਆਪਾਂ ਆਏ ਹੋਏ ਆ ਉੱਥੇ ਜੇ ਤੁਹਾਨੂੰ ਯਾਦ ਹੋਵੇ ਕਿ ਜਿਹੜੀ ਧਾਰਾ 25B ਆ ਉਹ ਉਹਦਾ ਉਹ ਬਿਲਕੁਲ ਸਿਮਿਲਰ ਹੈ ਇਸ ਟਰਮ ਦੇ ਜੀ ਉਹ ਹਾਲਾਂਕਿ ਉਹ ਸੰਵਿਧਾਨ ਦਾ ਹਿੱਸਾ ਹੈ ਇਹ ਥੋੜਾ ਵੈਸੀ ਟਰਮ ਦਿੱਤੀ ਹੋਈ ਹੈ ਪਰ ਇਹਨਾਂ ਦਾ ਜਿਹੜਾ ਆਪਰੇਸ਼ਨ ਹੈ ਉਹ ਬਿਲਕੁਲ ਸਿਮਿਲਰ ਜਿਹਾ ਲੱਗਦਾ ਮੈਨੂੰ ਕਿਉਂਕਿ ਉਹਦੇ ਵਿੱਚ ਵੀ ਜਿਹੜੀਆਂ ਹੁਣ ਜਦ ਸਾਊਥ ਈਸਟਨ ਕੈਨੇਡੀਅਨਸ ਇਹ ਪਲੂਰਲ ਵਰਡ ਹੈ ਹਾਂ ਇਸ ਵਾਸਤੇ ਔਰ ਕਿਸੇ ਦਿਨ ਸਿੰਗੂਲਰ ਬਣ ਜਾਣਾ ਤੇ ਜਿਸ ਦਿਨ ਪਿੱਛੋ ਐਸ ਚੁੱਕ ਹੋ ਗਈ ਉਸ ਦਿਨ ਫਿਰ ਆਪਣੀ ਬੋਲੀ ਆਪਣੇ ਤਿਹਾਰ ਆਪਣੇ ਧਰਮ ਉਹ ਉਹਨਾਂ ਦੀ ਕੀ ਆਇਡੈਂਟੀਫਿਕੇਸ਼ਨ ਹੋਏਗੀ ਜਿਸ ਤਰ੍ਹਾਂ ਕਿਉਂਕਿ ਮੈਂ ਸਿੱਖ ਹਾਂ ਮੈਂ ਸਿੱਖੀ ਦੇ ਹਵਾਲੇ ਤੋਂ ਕਰਾਂਗਾ ਗੱਲ ਕਿ ਜਿਹੜੇ ਆਪਣੇ ਨਗਰ ਕੀਰਤਨ ਹੁੰਦੇ ਨੇ ਉਹਨਾਂ ਦਾ ਫਿਰ ਨਾਮ ਕੀ ਹੋਏਗਾ ਉਹ ਉਹ ਸਾਡੇ ਖਾਲਸਾ ਸਾਜਣਾ ਦਿਵਸ ਹੋਣਗੇ ਗੁਰਪੁਰਬ ਹੋਣਗੇ ਕਿ ਸਾਊਥ ਈਸ਼ੀਅਨ ਫੈਸਟੀਵਲ ਹੋਣਗੇ ਉਹ ਇਦਾਂ ਹੀ ਈਦ ਕੀ ਹੋਏਗੀ ਦੀਵਾਲੀ ਕੀ ਹੋਏਗੀ ਹੋਲੀ ਕੀ ਹੋਏਗੀ ਜਿਨ੍ਹਾਂ ਨੇ ਆਪਣੇ ਕੋਈ ਚੀਜ਼ ਵੇਚਣੀ ਹੈ ਔਰ ਇਹਾ ਵੋਟਾਂ ਲੈਣੀਆਂ ਨੇ ਉਹ ਤਾਂ ਮੈਂ ਸਮਝ ਸਕਦਾ ਵੀ ਉਹਨਾਂ ਨੂੰ ਕੀ ਫਾਇਦਾ ਹੁੰਦਾ ਇਸ ਟਰਮ ਤੋਂ ਪਰ ਜਿਹੜੀ ਇੱਕ ਆਪਣੇ ਆਪ ਚ ਇੱਕ ਕੌਮ ਜਦੋਂ ਜਹਿਦ ਕਰ ਰਹੀ ਆ ਚਾਹੇ ਉਸ ਮੁਲਕ ਚ ਕਰਦੀ ਆ ਚਾਹੇ ਇੱਥੇ ਕਰਦੀ ਆ ਜਦੋਂ ਤੁਸੀਂ ਉਹਨਾਂ ਦੀ ਪਛਾਣ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋ ਫਿਰ ਮੇਰੇ ਖਿਆਲ ਨੁਕਸਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਜੀ ਪਰ ਰਾਜੀ ਜੀ ਦਾ ਮੇਰੇ ਦਿਮਾਗ 'ਚ ਸਵਾਲ ਸੀ ਕਿ ਹਿਸਟਰੀ ਵੀ ਕਿਤਾਬਾਂ ਨੇ ਤਾਂ ਸਾਨੂੰ ਆਹੀ ਸਿਖਾਇਆ ਜੀਓਗ੍ਰਾਫੀ ਨੇ ਸਾਨੂੰ ਆਹੀ ਡਿਫਾਈਨ ਕਰਕੇ ਦਿੱਤਾ ਮੈਨੂੰ ਲੱਗਦਾ ਸਾਡੇ ਸੁਣਨ ਵਾਲੇ ਵੀ ਉਹਨਾਂ ਨੇ ਵੀ ਬਹੁਤ ਅ ਇਹ ਕਹਿ ਸਕਦੇ ਹਾਂ ਲਾਰਜਲੀ ਇਹ ਟਰਮ ਨਾ ਹੀ ਉਹਨਾਂ ਦਾ ਵਾਪਿਆ ਉਹ ਆਪਣੇ ਆਪ ਨੂੰ ਸਾਊਥ ਏਸ਼ੀਅਨ ਹੀ ਕਹਾਉਂਦੇ ਕਦੀ ਕੁਐਸਚਨ ਨਹੀਂ ਕੀਤਾ ਵੀ ਕਾਹਤੋਂ ਨਹੀਂ ਤੁਸੀਂ ਜਦੋਂ ਕੁਐਸਚਨ ਕੀਤਾ ਇਹਦੇ ਪਿੱਛੇ ਕਾਰਨ ਕੀ ਸੀ ਇਹਦੇ ਪਿੱਛੇ ਕੀ ਸੀ ਉਹ ਇਹੋ ਜਿਹਾ ਇਨਸੀਡੈਂਟ ਜਦੋਂ ਤੁਹਾਨੂੰ ਲੱਗਿਆ ਕਿ ਹੁਣ ਮੈਨੂੰ ਆਵਾਜ਼ ਚੱਕਣੀ ਚਾਹੀਦੀ ਹੈ ਐਟਲੀਸ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਵੀ ਤੁਸੀਂ ਤਾਂ ਆਪਣਾ ਆਪ ਖਤਮ ਕਰਨ ਤੇ ਲੱਗੇ ਹੋਏ ਹੋ ਜੀ ਇੱਕ ਵਾਕਿਆ ਇਹ ਹੋਇਆ ਵੀ ਆਪਣੇ ਮਿਊਜ਼ੀਅਮ ਬਣਨ ਲੱਗਾ ਸੀ ਉਹਦਾ ਨਾਮ ਰੱਖਣ ਲੱਗੇ ਸੀ ਸਾਊਥ ਏਸ਼ੀਅਨ ਤੋ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਹੁਣੇ ਚਾਈਨੀਸ ਮਿਊਜ਼ੀਅਮ ਬਣਾਇਆ ਤੇ ਉਹਦਾ ਨਾਮ ਤੁਸੀਂ ਈਸਟ ਏਸ਼ੀਅਨ ਕਾਤੇ ਨਹੀਂ ਰੱਖਿਆ ਕਿਉਂਕਿ ਉੱਥੇ ਵੀ ਆਪਾਂ ਫਿਰ ਇਨਕਲੂស៊ីਵਿਟੀ ਲਿਆਈਏ ਜਾਂ ਤੁਸੀਂ ਆਪਣੇ ਆਪ ਨੂੰ ਐਜ਼ ਅ ਵੈਸਟਰਨ ਯੂਰੋਪੀਅਨ ਜਾਂ ਈਸਟਰਨ ਯੂਰੋਪੀਅਨ ਕਹਿ ਕੇ ਕਾਤੇ ਨਹੀਂ ਮੁਖਾਤਬ ਹੋ ਰਹੇ ਜੀ ਖੈਰ ਉਹਨਾਂ ਕੋਲ ਮੇਰੇ ਖਲ ਜਵਾਬ ਸੀ ਨਹੀਂ ਕੋਈ ਜਾਂ ਦੇਣਾ ਨਹੀਂ ਚਾਹੁੰਦੇ ਸੀ ਜਿੱਦਾਂ ਇਦਰ ਔਰ ਜਿੱਦਾਂ ਵੀ ਹੋਏਗਾ ਸੋ ਉੱਥੋਂ ਫਿਰ ਸਾਡੀ ਇਹ ਅਸੀਂ ਖੋਖਣ ਲਾਪੇ ਵੀ ਹੈ ਕੀ ਹੈ ਇਹ ਇਹ ਸੋ ਜਦੋਂ ਆਪਾਂ ਵੇਖਦੇ ਆ ਕਿ ਇਹ ਜਿਹੜੀ ਟਰਮ ਆ ਜਿੱਦਾਂ ਤੁਸੀਂ ਕਹਿਣਾ ਵੀ ਹਿਸਟਰੀ ਚ ਜੇ ਆਪਾਂ ਹਿਸਟਰੀ ਕੈਨੇਡਾ ਦੀ ਹਿਸਟਰੀ 30 ਸਾਲ ਪਿੱਛੇ ਚਲਦੀ ਹੈ 30 ਸਾਲ ਤੁਸੀਂ ਇਹ ਦੇਖੋ ਵੀ ਟਰਮ ਕਿੰਨੀ ਇੱਕ ਪ੍ਰੇਵਲੈਂਟ ਸੀਗੀ ਆ ਯੂਜ਼ ਹੁੰਦੀ ਸੀਗੀ ਤੁਹਾਨੂੰ ਬਾਹਲਾ ਨਹੀਂ ਲੱਭੇਗਾ ਇਹ ਜਦੋਂ ਆਪਾਂ ਇਸ ਮੁਲਕ ਚ ਆਏ ਸੀਗੇ ਹੁਣ ਜਦੋਂ ਆਪਾਂ ਨੂੰ ਮੇਰੇ ਖਿਆਲ 100 ਸਾਲ ਤੋਂ ਉੱਪਰ ਹੋ ਗਏ ਨੇ ਜੀ ਉਦੋਂ ਆਪਾਂ ਨੂੰ ਇੱਕ ਸ਼ਬਦ ਹੈ ਜਿਹੜਾ ਹਿੰਦੂ ਦੇ ਨਾਮ ਨਾਲ ਆਪਾਂ ਨੂੰ ਆਈਡੈਂਟੀਫਾਈ ਕਰਦੇ ਹੁੰਦੇ ਸੀ ਹਾਲਾਂਕਿ ਹਿੰਦੂ ਸ਼ਬਦ ਬਹੁਤ ਪਵਿੱਤਰ ਪਾਕ ਸ਼ਬਦ ਹੈ ਪਰ ਹੁਣ ਜਿਹੜਾ ਮੁਸਲਮਾਨ ਹੈ ਜਿਹੜਾ ਸਿੱਖ ਹੈ ਜਦੋਂ ਤੁਸੀਂ ਉਹਨੂੰ ਹਿੰਦੂ ਕਹੋਗੇ ਤਾਂ ਉਹ ਉਹ ਉਹਨੂੰ ਤਾਂ ਗੁੱਸਾ ਗਿਲਾ ਕਰਨਾ ਉਹਦਾ ਲਾਜ਼ਮੀ ਹੋ ਜਾਂਦਾ ਹੈ ਜੀ ਏਸੀ ਤਰ੍ਹਾਂ ਫਿਰ ਇੱਕ ਰੈਸਲ ਸਲਰ ਸੀਗੀ ਜਿਹੜੀ ਪਾਕੀ ਸੀਗੀ ਹੁਣ ਤੁਸੀਂ ਕਿਸੇ ਹਿੰਦੂ ਜਾਂ ਸਿੱਖ ਨੂੰ ਪਾਕੀ ਕਹੋਗੇ ਉਹਦਾ ਵੀ ਗੁੱਸਾ ਕਰਨਾ ਪੈਂਦਾ ਹੈ ਬਿਲਕੁਲ ਫਿਰ ਅਸੀਂ ਈਸਟ ਇੰਡੀਅਨ ਹੋ ਗਏ ਫਿਰ ਮੈਂ ਕਹਿਣਾ ਹੁੰਦਾ ਵੀ ਵਾਇਗਰੂ ਦੀ ਮੇਰ ਨਾ ਆਈ ਸੀ ਸਾਰੇ ਹਿੰਦੂ ਕੈਨੇਡੀਅਨ ਪੰਜਾਬੀ ਮੁਸਲਮਨ ਕੈਨੇਡੀਅਨ ਐਵੇਂ ਹੋਏ ਜੀ ਪਰ ਫਿਰ ਪਤਾ ਨਹੀਂ ਕੀ ਹੋਇਆ ਕਿ ਸੁਨਾਮੀ ਆਈ ਤੇ ਉਹ ਇਸ ਆਇਡੈਂਟੀਟੀ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜੇ ਬੱਚੇ ਇੱਕ ਵਾਰੀ ਜਿੱਦਾਂ ਮੈਂ ਇਹਨੂੰ ਇਹ ਵੀ ਕਹਿਣਾ ਹੁੰਦਾ ਕਿ ਹਿਸਟਰੀ ਇਜ਼ ਰਿਪੀਟਿੰਗ ਇਨ ਕੈਨੇਡਾ ਬਈ ਜਾਂ ਕਹਿ ਲੋ ਇਸ ਰਾਈਮਿੰਗ ਜਿੱਦਾਂ ਨੇਟਿਵਾਂ ਨਾਲ ਹੋਇਆ ਕਿ ਉਹਨਾਂ ਨੂੰ ਰੈਜ਼ੀਡੈਂਸ਼ੀਅਲ ਸਕੂਲਸ ਲੈ ਕੇ ਗਏ ਹਾਲਾਂਕਿ ਮੈਨੂੰ ਪਤਾ ਨਹੀਂ ਉਹ ਰੈ residențial ਸਕੂਲ 네ਟਿਵ residențial ਸਕੂਲ ਨੇ ਕਿ ਉਹ ਕੈਥੋਲਿਕ ਨੇ ਜਾਂ ਕ੍ਰਿਸਚੀਅਨ residențial ਸਕੂਲ ਨੇ ਕਿਉਂਕਿ ਉਹ ਲਿਖਦੇ ਨਹੀਂ ਹੈਗੇ ਕਿਸੇ ਵਜ੍ਹਾ ਕਰਕੇ ਉਹ ਬੜੇ ਕੇਅਰਫੁਲ ਨੇ ਇਸ ਬਾਰੇ ਉਹ ਬੱਚੇ ਜਿਹਨੂੰ 10 ਸਾਲ ਉੱਥੇ ਰਹਿ ਲੈਂਦੇ ਹੁੰਦੇ ਸੀ ਤੇ ਵਾਪਸ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਰੈਜ਼ਰਵੇਸ਼ਨਾਂ ਛੱਡਦੇ ਹੁੰਦੇ ਸੀਗੇ ਤੇ ਉਹਨਾਂ ਦਾ ਜਿਹੜੀ ਕਮਿਊਨیکیشن ਮੈਂ ਇਮੇਜਿਨ ਕਰ ਸਕਦਾ ਵੀ ਮਾਪੇ ਉਹਨੂੰ ਆਪਣੇ ਬੱਚੇ ਦੀ ਗੱਲ ਨਹੀਂ ਸਮਝ ਆ ਰਹੀ ਹੋਣੀ ਬੱਚੇ ਨੂੰ ਆਪਣੇ ਮਾਪਿਆਂ ਦੀ ਨਹੀਂ ਸੋ ਜਿਹੜੇ ਜਵਾਕ ਆਪਣੇ ਹੁਣ ਯੂਨੀਵਰਸਿਟੀ ਚ ਇੱਕ ਵਾਰੀ ਜਾ ਆਂਦੇ ਨੇ ਇੱਕ ਪੇਪਰ ਲਿਖ ਦਿੰਦੇ ਨੇ ਸਾਊਥ ਏਸ਼ੀਆਨ ਤੇ ਕੋਈ ਰਿਸਰਚ ਕਰ ਲੈਂਦੇ ਨੇ ਉਹ ਕਈ ਦਫਾ ਬਹਿਸ ਉਹਨਾਂ ਨਾਲ ਇਹ ਹੁੰਦੀ ਆ ਉਹ ਕਹਿੰਦੇ ਇਸ ਵੈਰੀ ਇਨਕਲੂਸਿਵ ਟਰਮ ਉੱਥੇ ਬਹਿਸ ਇਹ ਹੋ ਜਾਂਦੀ ਆ ਪਰ ਫਿਰ ਇਹ ਇਨਕਲੂਸਿਵਿਟੀ ਨਾਤਾ ਵੈਸਟਰਨ ਯੂਰਪੀਅਨ ਆਪਣੇ ਆਪ ਤੇ ਅਪਣਾ ਰਿਆ ਨਾ ਈਸਟਰਨ ਯੂਰਪੀਅਨ ਨਾ ਕੋਈ ਹੋਰ ਖਿੱਤੇ ਤੇ ਸੋ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਸਾਊਥ ਏਸ਼ੀਆ ਇਹ ਜਿਹੜੀ ਟਰਮ ਹੈ ਨਾ ਜੀਓਗ੍ਰਾਫੀਕਲ ਤਾਂ ਹੋ ਸਕਦੀ ਆ ਤੁਸੀਂ ਉਸ ਖਿੱਤੇ ਨੂੰ ਸਮਝਣਾ ਹੋਵੇ ਕਿਉਂਕਿ ਜਦੋਂ ਈਸਟ ਇੰਡੀਆ ਕੰਪਨੀ ਉੱਥੋਂ ਬਾਹਰ ਆਉਂਦੀ ਆ ਤਾਂ ਜਿਹੜੇ ਉਹਨਾਂ ਨੇ ਆਪਣੇ ਚੰਗੇ ਮਾੜੇ ਕਰਮ ਕੋ ਕਰਮ ਕੀਤੇ ਹੋਏ ਨੇ ਉਹਨਾਂ ਨੂੰ ਲਗਾਉਣ ਲਈ ਇੱਕ ਨਵੀਂ ਫਲੇਟ ਉਸ ਖਿੱਤੇ ਨੂੰ ਦਿੱਤੀ ਗਈ ਜਿਹੜਾ ਨਾ ਬਲੈਕ ਬੋਰਡ ਤੇ ਆਪਾਂ ਸਾਫ਼ ਕਰਕੇ ਨਾ ਉਸ ਖਿੱਤੇ ਨੂੰ ਬਜਾਏ ਕਿ ਈਸਟ ਇੰਡੀਆ ਦਾ ਜੋ ਵੀ ਪੁਰਾਣੀ ਹਿਸਟਰੀ ਆ ਉਦੀ ਥਾਂ ਤੇ ਟਰਮ ਦਿੱਤੀ ਗਈ ਸਾਊਥ ਏਸ਼ੀਅਨ ਜੀ ਸੋ ਉਹਦਾ ਉਹਦੀ ਮਾਰਕੀਟਿੰਗ ਬੜੀ ਖੂਬਸੂਰਤੀ ਨਾਲ ਕੀਤੀ ਇਹਨਾਂ ਨੇ ਹਮਮ ਔਰ ਲੋਕਾਂ ਨੂੰ ਕਈ ਕਈ ਸ਼ਾਇਦ ਇਦਾਂ ਲੱਗਦਾ ਹੋਵੇ ਕਿ ਇਹ ਜੇ ਸਿੱਖ ਕੈਨੇਡੀਅਨ ਜਾਂ ਮੁ슬ਮ ਕੈਨੇਡੀਅਨ ਜਾਂ ਹਿੰਦੂ ਕੈਨੇਡੀਅਨ ਕਹਿ ਲਓ ਉਹ ਸ਼ਾਇਦ ਕੋਈ ਨੀਵੀਂ ਗੱਲ ਹੋਵੇ ਤੇ ਸਾਊਥ ਏਸ਼ੀਅਨ ਬੜੀ ਕੋਈ ਉੱਚੇ ਦਰਜੇ ਦੀ ਗੱਲ ਕਰ ਰਹੇ ਹੋ ਇਹ ਜਿਹੜੇ ਲੋਕ ਵਰਤ ਰਹੇ ਨੇ ਮੈਂ ਉਹਨਾਂ ਨੂੰ ਹਲਕਾ ਜਿਹਾ ਮੇਣਾ ਇਹ ਮਾਰਨਾ ਚਾਹੁੰਦਾ ਕਿ ਅੱਗੇ ਵੀ ਸਰਦੀ ਉਪਾਦੀ ਮਿਲਦੀ ਹੁੰਦੀ ਸੀਗੀ ਕਿਸ ਆਪਣਾ ਜੀ ਉਸ ਖੇਤੇ ਚ ਸੋ ਇਹ ਇਹ ਇਦਾਂ ਕਹਦੀ ਇਹਨੂੰ ਮੈਂ ਉਪਾਦੀ ਦੇਖ ਰਾਇਆ ਸਾਊਥ ਏਸ਼ੀਅਨ ਇਜ਼ ਅ ਰੇਸਿਸਟ ਇਸ ਅ ਰੀਡਕਟਿਵ ਇਸ ਅ ਰਿਪਰੈਸਿਵ ਟਰਮ ਤੇ ਇਹ ਸ਼ਬਦ ਮੈਨੂੰ ਗਾਲ ਵਰਗਾ ਲੱਗਦਾ ਸੋ ਸਾਡੀ ਇਹ ਇਹ ਸਟੇਟਮੈਂਟ ਹੈ ਸਾਡੀ ਅਮ ਔਰ ਇਹ ਇੱਕ ਅਨਜਸਟ ਲੈਂਗੁਇਸਟਿਕ ਲੇਬਲ ਕਹਿ ਲੋ ਇਹਨੂੰ ਅ ਇਹਨੂੰ ਜਿਹੜੇ ਸਾਡੇ ਲੈਂਗੁਇਸਟਿਕ ਸਿਮੈਂਟਿਕ ਹਾਈਜੈਕਰਸ ਨੇ ਉਹ ਸਾਡੀ ਆਈਡੈਂਟੀਟੀ ਚੇਂਜ ਕਰਕੇ ਇਹ ਸ਼ਬਦ ਸਾਨੂੰ ਦੇਣਾ ਚਾਹੁੰਦੇ ਨੇ ਤੇ ਮੈਂ ਇਹਨੂੰ ਇਸ ਤਰ੍ਹਾਂ ਵੀ ਕਹਿਣਾ ਆ ਵੀ ਇਹ ਇੱਕ ਲੈਂਗੁਇਸਟਿਕ ਸਟਾਕਹੋਮ ਸਿੰਡਰਮ ਹੈ ਅ ਤੇ ਜਿਹੜੀਆਂ ਕੌਮਾਂ ਗੁਲਾਮ ਰਹੀਆਂ ਹੁੰਦੀਆਂ ਨੇ ਉਹਨਾਂ ਵਿੱਚ ਇੱਕ ਵਿਰਤੀ ਆ ਜਾਂਦੀ ਹੈ ਉਹ ਗੁਲਾਮੀ ਤਾਂ ਕਈ ਵਾਰੀ ਦੂਰ ਚਲੇ ਜਾਂਦੀ ਹੈ ਪਰ ਫੇਰ ਵੀ ਉਹਨਾਂ ਦੀ ਵਿਰਤੀ ਉਹ ਰਹਿੰਦੀ ਆ ਸੋ ਇੱਕ ਭੈਣ ਜੀ ਨੇ ਉਕਾਲੇ ਮੂਲ ਦੇ ਨੇ ਉਹਨਾਂ ਨੇ ਇੱਕ ਥੀਸਿਸ ਲਿਖੀ ਹੋਈ ਹੈ ਉਹ ਥੀਸਿਸ ਹੈਗੀ ਹੈ ਕਿ ਪੋਸਟ ਟ੍ਰੋਮੈਟਿਕ ਸਲੇਵ ਸਿੰਡਰਮ ਸੋ ਕੋਮਾ ਸਲੇਵਰੀ ਦਾ ਖਤਮ ਹੋ ਗਿਆ ਪਰ ਉਹ ਸਿੰਡਰਮ ਹੱਲੇ ਵੀ ਆ ਵਿੱਚ ਸੋ ਜਿਹੜੇ ਅਪਣਾ ਰਹੇ ਨੇ ਮੈਂ ਸੋਚਦਾ ਹੁੰਨਾ ਵੀ ਇਹ ਟਰਮਾ ਸ਼ਾਇਦ ਉਹਨਾਂ ਤੇ ਲਾਗੂ ਹੋ ਸਕਦੀਆਂ ਨੇ ਜਾਂ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਮੈਂ ਕਿੱਦਾਂ ਇਹਨੂੰ ਪ੍ਰੈਕਟੀਕਲੀ ਜਿਹੜਾ ਇਹਦੇ ਤੋਂ ਛੁਟਕਾਰਾ ਲੈ ਸਕਦੀਆਂ ਦੇਖੋ ਜੀ ਇੱਕ ਤਰੀਕੇ ਨਾਲ ਤਾਂ ਅਸੀਂ ਇਦਾਂ ਕਹਿ ਸਕਦੇ ਹਾਂ ਕਿ ਜਦੋਂ ਕੋਈ ਤੁਹਾਨੂੰ ਕੋਈ ਗਾਲ-ਦੁੱਪੜ ਮੰਦਾ ਸ਼ਬਦ ਬੋਲਦਾ ਤੁਸੀਂ ਕਿੱਦਾਂ ਰਿਐਕਟ ਕਰਦੇ ਹੋ ਹੰਮ ਅ ਔਰ ਤੁਸੀਂ ਜ਼ਰੂਰ ਕੋਈ ਆਪੋਜ਼ ਕਰਦੇ ਹੋਣੇ ਆ ਇਦਾਂ ਜਦੋਂ ਤੁਹਾਡੀ ਆਈਡੈਂਟਿਟੀ ਜਿਹੜੇ ਸ਼ਬਦ ਨਾਲ ਰੇਸ ਹੋ ਰਹੀ ਹੈ ਔਰ ਮੇਰਾ ਖਿਆਲ ਹੈ ਆਪਣਾ ਇਹ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਕਹੀਏ ਕਿ ਸਾਨੂੰ ਇਹ ਨਾਮ ਨਾ ਦਿਓ ਹੰਮ ਅ ਜਾਂ ਫਿਰ ਕੈਨੇਡਾ ਦਾ ਲਾਅ ਆਫ ਦਾ ਲੈਂਡ ਇਹ ਹੋਵੇ ਕਿ ਜਿਹੜੇ ਯੂਰੋਪੀਅਨ ਆ ਉਹਨਾਂ ਨੂੰ ਯੂਰੋਪੀਅਨ ਕੈਨੇਡੀਅਨ ਕਿਹਾ ਜਾਵੇ ਹੂੰ ਜਿਹੜੇ ਈਸਟਰਨ ਯੂਰੋਪੀਅਨ ਉਹ ਈਸਟਰਨ ਹੋਣ ਵੈਸਟਰਨ ਵੈਸਟਰਨ ਹੋਣ ਫਿਰ ਆਪਾਂ ਨੂੰ ਸਾਊਥ ਏਸ਼ੀਅਨ ਸ਼ਬਦ ਵਿੱਚ ਕੋਈ ਦਿੱਕਤ ਨਹੀਂ ਹੈਗੀ ਹੂੰ ਜੇ ਉਹ ਕੈਨੇਡਾ ਨੂੰ ਇਨਕਲੂਸਿਵਿਟੀ ਦੇ ਨਾਮ ਥੱਲੇ ਨਾਰਥ ਅਮਰੀਕਾ ਕਹਿਣਾ ਸ਼ੁਰੂ ਕਰ ਦੇਣ ਫਿਰ ਵੀ ਆਪਾਂ ਨੂੰ ਕੋਈ ਦਿੱਕਤ ਹੈ ਨਹੀਂ ਕਿਉਂਕਿ ਫਿਰ ਸਾਰਿਆਂ ਨਾਲ ਇੱਕੋ ਜਿਹੇ ਜਿਹਾ ਵਰਤਾਰਾ ਚੱਲ ਰਿਹਾ ਵਰਤావੋ ਹੋ ਰਿਹਾ ਬਿਲਕੁਲ ਜੀ ਪਰ ਜਿਹੜੀ ਇਹ ਜੇ ਮਿਹਰ ਮੈਂ ਇਹਨੂੰ ਇੱਦਾਂ ਕਹਿਣਾ ਹੁਣਾ ਕਿ ਜਿਹੜੇ ਅਸੀਂ ਥਰਡ ਵਰਲਡ ਕੰਟਰੀ ਚੋਂ ਭੂਰੇ ਰ ਇਹ ਜਿਹੜੀ ਮਿਹਰ ਕੈਨੇਡਾ ਸਾਡੇ ਤੇ ਕਰ ਰਿਹਾ ਜਾਂ ਕਰਨੀ ਚਾਹੁੰਦਾ ਇਹ ਕਿਉਂ ਕਰਨਾ ਚਾਹੁੰਦਾ ਹਰ ਕੌਮ ਇਤਿਹਾਸ 'ਚ ਦੇਖ ਲਓ ਤੁਸੀਂ ਜਦੋਂ ਦਾ ਸ਼ਬਦ ਬਣਿਆ ਜੀ ਕਿ ਇਹ ਲੜਾਈ ਚੱਲਦੀ ਜਾ ਰਹੀ ਹੈ ਆਪਣੀ ਪਛਾਣ ਦੀ ਜੀ ਔਰ ਜਿਹੜੀ ਇਹ ਪਛਾਣ ਦੀ ਲੜਾਈ ਹੈ ਇਹ ਸਾਡੀ ਵਿਰਾਸਤ ਦੀ ਲੜਾਈ ਆ ਅਸੀਂ ਆਪਣੀ ਵਿਰਾਸਤ ਦੇ ਫਖਰ ਨੂੰ ਯਾਦ ਕਰਦੇ ਆਂ ਤੇ ਆਉਣ ਵਾਲੀ ਪੀੜ੍ਹੀ ਦੇ ਸਨਮੁਖ ਕਰਦੇ ਆ ਆਪਣੇ ਮਸਤਕ ਦਾ ਭਾਗ ਬਣਾਉਨੇ ਆ ਔਰ ਜਿਹੜੀਆਂ ਕਮਾਂ ਇਹੋ ਕਰਦੀਆਂ ਨੇ ਉਸ ਦੀ ਵੀ ਜੀਵਤ ਰਹਦੀਆਂ ਨੇ ਪਰ ਜਿਹੜੀਆਂ ਨੇ ਤੋ ਪਿੱਠ ਮੋੜ ਲੈਂਦੀਆਂ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਉਹ ਆਪਣਾ ਸਰੂਪ ਸਿਧਾਂਤ ਦੋਨੋਂ ਗਵਾਉਂਦੀਆਂ ਨੇ ਸੋ ਕੌਣ ਚਾਹੁੰਦਾ ਆ ਕਿ ਆਪਣਾ ਸਰੂਪ ਤੇ ਸਿਧਾਂਤ ਗਵਾਇਆ ਜਾਵੇ ਜਦੋਂ ਆਪਾਂ ਇੱਕ ਡੈਫੀਨੇਸ਼ਨ ਦੇ ਥੱਲੇ ਆਉਨੇ ਆ ਕਿ ਜਿਹੜੀਆਂ ਯੂਨੈਸਕੋ ਵੱਲੋਂ ਜਦੋਂ ਇੱਕ ਇੰਡੀਪੈਂਡੈਂਟ ਕਬੀਲਾ ਕਹਿ ਲੋ ਆਪਣੇ ਕੋ ਆਪਣੇ ਪੈਗੰਬਰ ਹੈਗੇ ਨੇ ਆਪਣੇ ਕੋ ਲਿਪੀ ਹੈਗੀ ਹੈ ਆਪਣੇ ਕੋ ਗੁਰੂ ਸਾਹਿਬ ਹੈਗੇ ਇਦਾਂ ਆਪਾਂ ਉਹ ਜਿਹੜੀਆਂ ਪੰਜ ਚੀਜ਼ਾਂ ਨੇ ਬਾਹਰੀ ਸਰੂਪ ਹੈਗਾ ਆਪਣੇ ਕੋਲ ਸੱਭਿਆਚਾਰ ਹੈਗਾ ਜਦੋਂ ਆਪਾਂ ਕੁਆਲੀਫਾਈ ਕਰਦੇ ਆ ਫਿਰ ਆਪਾਂ ਕੋਈ ਜਿਹੜੀ ਗੁਲਾਮੀ ਵਾਲੀ ਜਿਹੜੀ ਟਰਮ ਹੈ ਉਹ ਕਿਉਂ ਲੈਣਾ ਚਾਹੁੰਦੇ ਆ ਮਤਲਬ ਕਈ ਦਫਾ ਪੁੱਛਦੇ ਨੇ ਕਿ ਜਿਉ ਸਾਨੂੰ ਸਾਊਥ ਏਸ਼ੀਅਨ ਨਾ ਸੱਦਣ ਹੋਰ ਕੀ ਸੱਦਣ ਕੀ ਸੱਦਣ ਸਾਨੂੰ ਸਿੱਖ ਸੱਦਣ ਸਾਨੂੰ ਪੰਜਾਬੀ ਕੈਨੇਡੀਅਨ ਸਾਨੂੰ ਮੁਸਲਿਮ ਕੈਨੇਡੀਅਨ ਜੇ ਕੋਈ ਪਾਕਿਸਤਾਨ ਤੋਂ ਵੀਰ ਆਇਆ ਹੋਇਆ ਉਹ ਪਾਕਿਸਤਾਨੀ ਕੈਨੇਡੀਅਨ ਹੈ ਹੂੰ ਸਾਡੇ ਤਾਂ ਹੁਣ ਇਹ ਹੋਇਆ ਪਿਆ ਕਿ ਜੇ ਕੋਈ 100 ਸਾਲ ਜਾਂ 150 ਸਾਲ ਪਹਿਲਾਂ ਉਸ ਸਬਕਾਂਟਿਨੈਂਟ ਚੋਂ ਜੇ ਉਹ ਮੰਨ ਲਓ ਆਸਟ੍ਰੇਲੀਆ ਚਲੇ ਗਿਆ ਸੀ ਜਾਂ ਯੂਰਪ ਚਲੇ ਗਿਆ ਸੀ ਜੇ ਉਹਨਾਂ ਦੀ ਚੌਥੀ ਪੰਜਵੀਂ ਪੀੜ੍ਹੀ ਵੀ ਕੈਨੇਡਾ ਆ ਜਵੇ ਜੀ ਇਹ ਉਹਨੂੰ ਵੀ ਸਾਊਥ ਏਸ਼ੀਅਨ ਕਹਿੰਦੇ ਆ ਇਹਨੇ ਹਾਲਾਂਕਿ ਹੋ ਸਕਦਾ ਕਦੀ ਉਸ ਜਿਹੜੀ ਪੀੜ੍ਹੀ ਆ ਉਹਨੇ ਕਦੀ ਸਾਊਥ ਏਸ਼ੀਆ ਜਿਹਨੂੰ ਖਿੱਤਾ ਹੈ ਉਹਦੇ ਚ ਪੈਰ ਨਾ ਰੱਖਿਆ ਹੋਵੇ ਇੰਨੇ ਜਿਹੜੇ ਸਾਡੇ ਭੈਣ ਭਰਾ ਅਫਰੀਕਾ ਚੋਂ ਆਏ ਹੋਏ ਨੇ ਕੀਨੀਆ ਚੋਂ ਨੈਰੋਬੀ ਚੋਂ ਜੀ ਉਹ ਕਿਸੇ ਟਾਈਮ ਉਸ ਖਿੱਤੇ ਚ ਸੀ ਤੇ ਉਹਨਾਂ ਨੂੰ ਵੀ ਸਾਊਥ ਏਸ਼ੀਅਨ ਫਿਰ ਮੇਰਾ ਸਵਾਲ ਇਹ ਸੀ ਵੀ ਜਿਹੜੇ ਕੋ ਰੋਮਾਨੀ ਰੋਮਾ ਜਾਂ ਜਿਪਸੀ ਪਾਇਆ ਜਾ ਰਿਹਾ ਹੈ ਉਹ 1200 ਸਾਲ ਪਹਿਲਾਂ ਉਸ ਖਿੱਤੇ ਚ ਆਇਆ ਹੋਇਆ ਹੈ ਉਹ ਰਾਜਸਥਾਨ ਜਾਂ ਮੇਰੇ ਖਲ ਮਧ ਪ੍ਰਦੇਸ਼ ਰੀਜਨ ਤੋਂ ਜੀ ਫਿਰ ਉਹ ਵੀ ਸਾਊਥ ਏਸ਼ੀਅਨ ਨੇ ਹੂੰ ਫਿਰ ਰਹਿ ਕੌਣ ਗਿਆ ਇਸ ਤੋਂ ਬਾਹਰ ਹੂੰ ਇਦਾਂ ਹੀ ਸੈਂਸਸ ਦੀ ਜਦੋਂ ਆਪਾਂ ਵੇਖਦੇ ਆ ਉਹਦੇ ਵਿੱਚ ਲਿਖਿਆ ਹੋਇਆ ਜਿਹੜੇ ਵਿਜੀਬਲ ਮਾਈਨੋਰਟੀਜ਼ ਕਰ ਲੋ ਜਾਂ ਜਿਹੜੇ ਟਿਕ ਬਾਕਸ ਨੇ ਜੀ ਉਹ ਹੈਗਾ ਵਾਈਟ ਅ ਅਰਬ ਬਲੈਕ ਚਾਈਨੀਜ਼ ਕੋਰੀਅਨ ਜਪਾਨੀ ਜੀ ਫਿਰ ਫਿਲੀਪੀਨੋ ਫਿਲੀਪੀਨੋ ਫਿਰ ਆ ਜਾਂਦਾ ਸਾਊਥ ਈਸਟ ਏਸ਼ੀਆ ਤੇ ਸਾਊਥ ਆਪਣਾ ਏਸ਼ੀਆ ਹੂੰ ਫਿਰ ਇਹ ਸਾਨੂੰ ਹੀ ਕਿਉਂ ਇਦਾਂ ਆਇਡੈਂਟੀਫਾਈ ਕਰ ਰਹੇ ਨੇ ਵੀ ਮੈਨੂੰ ਇਹ ਲੱਗ ਰਿਹਾ ਵੀ ਇਹ ਇਦਾਂ ਨਾ ਜਿਹਦਾ ਨੂਡ ਕੇ ਰੱਖਣੇ ਨੇ ਇਹ ਸੋ ਉਹਦੇ ਕਰਕੇ ਵਿਖਾਲਫਤ ਹੋ ਰਹੀ ਹੈ ਔਰ ਕਿਸੇ ਨੇ ਮੈਨੂੰ ਇਹ ਸਵਾਲ ਕੀਤਾ ਸੀ ਵੀ ਇਹ ਲੜਾਈ ਕਦੋਂ ਖਤਮ ਹੋਏਗੀ ਹਾਂਜੀ ਕਦੋਂ ਖਤਮ ਆਪਣੀ ਰੀਕਲੇਮ ਕਰਨੀ ਆਪਣੀ ਆਇਡੈਂਟੀਟੀ ਸੌਕੀ ਨਹੀਂ ਹੁੰਦੀ ਸੌਕੀ ਨਹੀਂ ਹੁੰਦੀ ਹਾਂਜੀ ਮੈਂ ਕਹਿੰਦਾ ਹੁਣ ਨਾ ਕਿ ਲੜਾਈ ਉਦੋਂ ਖਤਮ ਹੋਊਗੀ ਜਦੋਂ ਅਸੀਂ ਜਿੱਤਾਂਗੇ ਉਹ ਕਹਿੰਦੇ ਜੀ ਤੁਸੀਂ ਕਦੋਂ ਜਿੱਤੋਗੇ ਮੈਂ ਕਹਿੰਦਾ ਜਦੋਂ ਇਹ ਲੜਾਈ ਖਤਮ ਹੋਏਗੀ ਔਰ ਉਹ ਕਹਿੰਦੇ ਪਰ ਜੇ ਕੁਝ ਨਾ ਬਣਿਆ ਮੈਂ ਕਹਿੰਦੀ ਦੇਖੋ ਦੋ ਗੱਲਾਂ ਨੇ ਇੱਕ ਤਾਂ ਜੇ ਆਪਾਂ ਸਿੱਖੀ ਦੇ ਕੰਟੈਕਸਟ ਤੋਂ ਗੱਲ ਕਰਦੇ ਆ ਨਾ ਵੀ ਪੰਥ ਦਾ ਮੇਣਾ ਕਦੀ ਨਹੀਂ ਲਈਦਾ ਹੂੰ ਦੂਸਰਾ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਕੈਨੇਡਾ ਦੇ ਜਿਹੜਾ ਸ਼ਾਨਦਾਰ ਮਾਨਵਤਾ ਇਤਿਹਾਸ ਆ ਉਹਦੇ ਚ ਸਾਡਾ ਨਾਮ ਹੂੰ ਅੱਗ ਬੁਝਾਉਣ ਵਾਲਿਆਂ ਵਿੱਚ ਲਿਖਿਆ ਜਾਏਗਾ ਉਹ ਜਿੱਦੋਂ ਤੁਸੀਂ ਕਹਾਣੀ ਸੁਣੀ ਹੋਣੀ ਆ ਕਿ ਕਿਚੜੀ ਚੁੰਝ ਭਰ ਕੇ ਲਿਆਉਂਦੀ ਸੀ ਜੰਗਲ 'ਚ ਅੱਗ ਲੱਗੀ ਹੋਈ ਸੀ ਮੈਂ ਪੂਰੀ ਕਹਾਣੀ ਤਾਂ ਨਹੀਂ ਸੁਣਾਵਾਂਗਾ ਉਹਨੂੰ ਕਿਸੇ ਨੇ ਮੇਣਾ ਮਾਰਿਆ ਵੀ ਇਦਾਂ ਅੱਗੇ ਕਿੱਥੇ ਬੁਝੇਗੀ ਉਹ ਕਹਿੰਦੀ ਮੇਰਾ ਨਾਮ ਬੁਝਾਣ ਵਾਲਿਆਂ ਚ ਆਏਗਾ ਸੋ ਸਾਡਾ ਨਾਮ ਬੁਝਾਣ ਵਾਲਿਆਂ ਚ ਆਏਗਾ ਔਰ ਅਸੀਂ ਚਾਹੁੰਦੇ ਆ ਕਿ ਹੋਰ ਵੀ ਸੱਜਣ ਵੀਰ ਭੈਣ ਭਰਾ ਬਜ਼ੁਰਗ ਹੋਣ ਸਾਡੇ ਨਾਲ ਜਿਨ੍ਹਾਂ ਦਾ ਨਾਮ ਬੁਝਾਣ ਵਾਲਿਆਂ ਚ ਆਵੇ ਔਰ ਇਹ ਇਹ ਬਹੁਤ ਸੁੰਦਰ ਤੇ ਬਹੁਤ ਅੱਛੀ ਅੱਛਾ ਮੌਲਕ ਹੈ ਇੱਥੋਂ ਦੀ ਸਰਕਾਰ ਸੁਣਦੀ ਹੈ ਜਿਸ ਤਰ੍ਹਾਂ ਮਿਊਜ਼ੀਅਮ ਵਿਲੇ ਜਦੋਂ ਅਸੀਂ ਕਿਹਾ ਵੀ ਇਹ ਬੇਨਤੀ ਹੈ ਟਰਮ ਨਾ ਰੱਖੋ ਉਹਨਾਂ ਨੇ ਸਾਡੀ ਬੇਨਤੀ ਸੁਣੀ ਤੇ ਉਹਨਾਂ ਨੇ ਇਹ ਵੀ ਮੰਨਿਆ ਉਹਨਾਂ ਦੀ ਤੁਸੀਂ ਵੈਬਸਾਈਟ ਤੇ ਜਾ ਕੇ ਦੇਖੋ ਕਹਿੰਦੇ ਸਾਊਥ ਏਸ਼ੀਆ ਇਜ਼ ਐਨ ਇਨਕਲੂਸਿਵ ਐਂਡ ਡਿਵਾਈਸਿਵ ਟਰਮ ਜੀ ਸੋ ਮੰਨਦੇ ਨੇ ਕਿ ਇਹ ਡਿਵਾਈਸਿਵ ਵੀ ਹੈਗੀ ਆ ਤੇ ਇਨਕਲੂਸਿਵ ਵੀ ਹੈਗੀ ਆ ਤੇ ਰਾਜੀ ਇਨਫੈਕਟ ਜਦੋਂ ਤੁਸੀਂ ਗੱਲ ਕੀਤੀ ਵੀ ਉਹਨਾਂ ਨੇ ਗੱਲ ਸੁਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਵੀ ਗੱਲ ਸੁਣੀ ਉਹਨਾਂ ਨੇ ਵੀ ਦੇਖਿਆ ਇਸ ਚੀਜ਼ ਨੂੰ ਤੇ ਉਹਨਾਂ ਨੇ ਚਿੱਠੀ ਵੀ ਲਿਖੀ ਜੋ ਕਿ ਤੁਹਾਡੇ ਬਨਜਾਰਾ ਨੋਮੈਡ ਕਲੈਕਸ਼ਨ ਇਨਫੈਕਟ ਵੈਬਸਾਈਟ ਐਕਚੁਅਲੀ ਆਈ ऍम ਨਾਟ ਸਾਊਥ ਏਸ਼ੀਆ ਦੀ ਪੂਰੀ ਤੀ ਉਹ ਚਿੱਠੀ ਜਿਹੜੀ ਹੈ ਉਹ ਹੈਗੀ ਹੈ ਤੁਸੀਂ ਸਾਰੇ ਉੱਥੇ ਜਾ ਕੇ ਪੜ੍ਹ ਸਕਦੇ ਹੋ ਜਿਹਦਾ ਸਬਜੈਕਟ ਇਹ ਸੀਗਾ ਕਿ ਇਟਸ ਰਿਗਾਰਡਿੰਗ ਸਾਊਥ ਏਸ਼ੀਆਨ ਮਿਊਜ਼ੀਅਮ ਇਨ ਬੀਸੀ ਐਂਡ ਰਿਸਪੈਕਟ ਟੂ ਯੂਨੀਕ ਆਈਡੈਂਟੀਟੀ ਆਫ ਕੈਨੇਡੀਅਨ ਸਿਕਸ ਯੂਨੀਕ ਆਈਡੈਂਟੀਟੀ ਆਫ ਕੈਨੇਡੀਅਨ ਸਿਕਸ ਇਸ ਚਿੱਠੀ ਬਾਰੇ ਜੇ ਸਾਨੂੰ ਬਰੀਫਲੀ ਦੱਸ ਸਕਦੇ ਹੋ ਸਿੱਖਾਂ ਦੀ ਆਈਡੈਂਟੀਟੀ ਇਸ ਦੇ ਨਾਲ ਮਨਫੀ ਕਰ ਰਹੇ ਹਾਂ ਇਹ ਤੁਸੀਂ ਨਾ ਕਰੋ ਬੇਸਿਕਲੀ ਇਹ ਮੈਸੇਜ ਹੈਗਾ ਇਸੀ ਤਰ੍ਹਾਂ ਤੁਸੀਂ ਉੱਥੇ ਖੋਰ ਵੀਡੀਓ ਪਈ ਹੋਈ ਹੈ World Sikh Organization ਦੇ ਲੀਗਲ ਕਾਉਂਸਲ ਨੇ ਬਲਪਰੀ ਸਿੰਘ ਜੀ ਉਹ ਉਹਨਾਂ ਨੇ ਵੀ ਬਹੁਤ ਉਹ ਬੜੀ ਸਹਜ ਚ ਗੱਲ ਕਰਦੇ ਨੇ ਤੇ ਉਹਨਾਂ ਨੇ ਵੀ ਕਿਉਂਕਿ ਸਾਡੀ ਵੀ ਉਹਨਾਂ ਨਾਲ ਗੱਲਬਾਤ ਹੋਈ ਸੀ ਇੱਕ ਦਫਾ ਤੇ ਉਹ ਵੀ ਉਹਨਾਂ ਦਾ ਵੀ ਮੰਨਣਾ ਸੀਗਾ ਵੀ ਜਿਹੜੀ ਸਾਊਥ ਏਸ਼ੀਅਨ ਜਦੋਂ ਆਪਾਂ ਸਿੱਖੀ ਸੰਦਰਭ ਚੋਂ ਗੱਲ ਕਰਦੇ ਹਾਂ ਨਾ ਆਪਣੀ ਆਇਡੈਂਟੀਟੀ ਤੋਂ ਉਹ ਇਟ ਇਜ਼ ਅ ਰਿਸਿਸਟੈਂਸ ਸਾਡੇ ਲਈ ਜਦੋਂ ਸਟੈਟ ਕੈਨ ਔਰ ਮੇਰਾ ਇਹ ਸਵਾਲ ਹੈ ਜਿਹੜੇ ਅਲਬਰਟਾ ਦੇ ਡਾਕਟਰ ਨੇ ਜਾਂ ਕੈਨੇਡਾ ਦੇ ਡਾਕਟਰ ਨੇ ਕਿਉਂਕਿ ਮੈਂ ਤਾਂ ਡਾਕਟਰ ਹੈ ਨਹੀਂ ਜਦੋਂ ਆਪਾਂ ਕਹਿੰਦੇ ਆ ਵੀ ਉਸ ਖੇਤੇ ਦੇ ਲੋਕਾਂ ਨੂੰ ਡਾਇਬੀਟੀਜ਼ ਬਹੁਤ ਹੁੰਦੀ ਆ ਹਾਰਟ ਅਟੈਕ ਦਾ ਬਹੁਤ ਇਸ਼ੂ ਆ ਸਟ੍ਰੋਕ ਦਾ ਇਸ਼ੂ ਐਲਜ਼ਾਈਮਰ ਦਾ ਤੇ ਮੈਂ ਸੋਚਦਾ ਹੁੰਨਾ ਵੀ ਜਿਹੜਾ ਅਫਗਾਨਿਸਤਾਨ ਮੁਲਕ ਆ ਤੇ ਜਿਹੜਾ ਨੇਪਾਲ ਆ ਤੇ ਜਿਹੜਾ శ్రీਲੰਕਾ ਆ ਇਹਨਾਂ ਨੂੰ ਇੱਕੋ ਜਿਹੀਆਂ ਬਿਮਾਰੀਆਂ ਨੇ ਕਿ ਅਫਗਾਨੀਆਂ ਦਾ ਜਾਦਾ ਮੇਲ ਜੋੜ ইরਾਨੀਆਂ ਨਾਲ ਹੋਣਾ ਚਾਹੀਦਾ ਜਾਂ ਇਰਾਕ ਨਾਲ ਹੂੰ ਅ ਇਸੇ ਤਰ੍ਹਾਂ ਜਦੋਂ ਆਪਾਂ ਸੱਭਿਆਚਾਰ ਦੀ ਵੀ ਗੱਲ ਕਰਦੇ ਆ ਇੱਕ ਅਫਗਾਨੀ ਦਾ ইরਾਨੀ ਦੇ ਨੇੜੇ ਤਾਂ ਹੋ ਸਕਦੇ ਨੇ ਦੇ ਪਰਸਨ ਲੈਂਗੁਏਜ ਜਾਂ ਹਿਸਟਰੀ ਪਰ ਉਹਨਾਂ ਦਾ ਨੇਪਾਲ ਨਾਲ ਕੀ ਮੇਲ ਜੋੜ ਹੈ ਉਹ ਮੇਰੀ ਸਮਝ ਤੋਂ ਬਾਹਰ ਆ ਜੀ ਨੇਪਾਲ ਦਾ ਮੇਲ ਚਾਈਨਾ ਨਾਲ ਤਾਂ ਹੋ ਸਕਦਾ ਹੂੰ ਇਸੇ ਤਰ੍ਹਾਂ ਪੰਜਾਬ ਦਾ ਮੇਲ ਅ শ্রীলੰਕਾ ਨਾਲ ਕਿੱਦਾਂ ਹੁੰਦਾ ਹੈ ਜੀ ਹੁਣ ਜਿਹੜੇ ਪੰਜਾਬ ਦਾ ਖਿਚਾ ਏ ਇੱਕ ਵੀਟ ਖਾਣ ਵਾਲੇ ਆਪਾਂ ਲੋਕ ਆਂ ਸਾਗ ਮੱਕੀ ਦੀ ਰੋਟੀ ਦੁੱਧ ਮੱਖਣ ਜਿਹੜੇ ਸਾਊਥ ਵਾਲੇ ਨੇ ਉਹ ਮੇਰੇ ਖਿਆਲ ਮੱਛੀ ਤੇ ਰਾਈਸ ਤੇ ਉਹਨਾਂ ਦਾ ਜ਼ੋਰ ਹੈ ਹਮ ਸਭ ਬਿਮਾਰੀਆਂ ਸਾਨੂੰ ਸਾਰਿਆਂ ਨੂੰ ਇੱਕੋ ਜਿਹੇ ਜੀਆਂ ਨੇ ਹਮ ਰਹਿੰਦੇ ਅਸੀਂ ਕੈਨੇਡਾ 'ਚ ਆ ਆਪਾਂ ਇਹਨੂੰ ਇਦਾਂ ਵੀ ਕਹਿ ਸਕਦੇ ਆਂ ਕਿ ਡੀਐਨਏ ਦਾ ਨਾਮ ਲੈ ਸਕਦੇ ਆਂ ਪਰ ਫਿਰ ਆਪਾਂ ਇਦਾਂ ਵੀ ਕਹਿੰਦੇ ਆਂ ਕਿ ਪੰਜਾਬ ਦਾ ਸਿੰਥੀਨ ਉਹ ਡੀਐਨਏ ਵੱਖਰਾ ਹੈ ਬਾਕੀਆਂ ਨਾਲੋਂ ਇਹਦੇ ਉਹ ਫਿਰ ਮੇਰੀ ਨਾ ਕਿ ਉਹਰੀ ਸਮਝ ਚੋਂ ਦਰਾਵੜ ਤੇ ਜਿਹੜੇ ਸਿੰਥੀਨ ਨੇ ਉਹ ਉਹਨਾਂ ਨੂੰ ਇੱਕੋ ਜਿਹੀਆਂ ਬਿਮਾਰੀਆਂ ਹੋ ਗਈਆਂ ਨੇ ਹਮ ਅ ਔਰ ਜਰੂਰ ਇਹਦੇ ਬਾਰੇ ਜਿਹੜੇ ਸਟੱਡੀਜ਼ ਕਰਦੇ ਨੇ ਉਹ ਜਰੂਰ ਦੱਸਣ ਵੀ ਇਹਦਾ ਰੀਜ਼ਨ ਕੀ ਆ ਹਮ ਕਿਉਂਕਿ ਸਾਨੂੰ ਸਮਝ ਨਹੀਂ ਆ ਰਹੀ ਇਹ ਗੱਲ ਹੋ ਸਕਦਾ ਕਿ ਜਦੋਂ ਤੁਸੀਂ ਐਡਾ ਸਾਊਥ ਏਸ਼ੀਆ ਦੇ ਸ਼ਬਦ ਥੱਲੇ ਇਹਨਾਂ ਕੌਮਾਂ ਨੂੰ ਇਕੱਠੀਆਂ ਕਰਦੇ ਹੋ ਜੀ ਕੋਈ ਫੰਡਿੰਗ ਦਾ ਚੱਕਰ ਹੋ ਸਕਦਾ ਹੈ ਕੋਈ ਸ਼ਾਇਦ ਜੇ ਫੈਡਰਲ ਗਵਰਨਮੈਂਟ ਨੂੰ ਮੈਂ ਇਹਨੂੰ ਇਦਾਂ ਕਹਿਣਾ ਹੁੰਦਾ ਵਿੱਚ ਫੈਡਰਲ ਗਵਰਨਮੈਂਟ ਨੂੰ ਚੋਣਾ ਆ ਤੇ ਜੇ ਅਸੀਂ ਕਹਾਂਗੇ ਵੀ ਸਾਨੂੰ ਪੰਜਾਬੀਆਂ ਦੀ ਕੋਈ ਚੀਜ਼ ਬਣਾ ਦਿਓ ਉਹ ਫੰਡ ਥੋੜੇ ਮਿਲਨੇ ਨੇ ਤੇ ਜੇ ਸਾਊਥ ਏਸ਼ੀਆਨ ਕਹਾਂਗੇ 8 ਸੋਵਰਨ ਮੁਲਕਾਂ ਨੂੰ ਕੈਨੇਡਾ ਵਿੱਚ ਇਕੱਠਾ ਕੀਤਾ ਜਾ ਰਿਹਾ ਜੀ ਤੇ ਮੈਂ ਇੱਕ ਭਾਈ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਕਿਹਾ ਜੀ ਉਹ ਗਵਰਨਮੈਂਟ ਚ ਨੇ ਉਹ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਮੈਂ ਕਹ ਜੀ ਤੁਹਾਨੂੰ ਪਤਾ ਤੁਸੀਂ ਕੈਨੇਡਾ ਦੀ ਧਰਤੀ ਤੇ ਕੀ ਕਰ ਰਹੇ ਹੋ ਤੁਸੀਂ ਇੱਕ ਟਰੋਜਨ ਹਾਰਸ ਖੜਾ ਕਰ ਦੇਣਾ ਜਾਂ ਕੀਤਾ ਹੋਇਆ ਜਿਹਦੇ ਵਿੱਚ 8 ਸੋਵਰਨ ਕੰਟਰੀਜ਼ ਨੇ ਜੀ ਔਰ ਵੈਸੇ ਉਸ ਜੇ ਖਿੱਤੇ 'ਚ ਜਾ ਕੇ ਦੇਖੀਏ ਨਾ ਤੁਸੀਂ ਅਫਗਾਨਿਸਤਾਨ ਪਾਕਿਸਤਾਨ ਦੀ ਡਿਊਰੈਂਟ ਲਾਈਨ ਦੇ ਉੱਪਰ ਦੇਖੋ ਮਿਲੀਅਨ ਅਮਰੀਕਾ ਜਿਹੜਾ ਪਖਤੂਨ ਰੈਫਿਜੀ ਉੱਥੇ ਬੈਠਾ ਹੋਇਆ ਇਸ ਟਾਈਮ ਜੀ ਇੱਦਾਂ ਹੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਿਹੜੀ ਸਰਹੱਦ ਹੈ ਉੱਥੇ ਕੰਡੈਲੀ ਵਾਰਡ ਲੱਗੀ ਹੋਈ ਆ ਕਰੰਟ ਛੱਡਿਆ ਹੋਇਆ ਜੇ ਕੋਈ ਨੰਗੂਆ ਤੋਂ ਗੋਲੀ ਮਾਰ ਦਿੰਦੇ ਨੇ ਇੱਡੀ ਮੀਆਮਾਰ ਉਧਰ ਚਾਈਨਾ ਦੇ ਤੇ ਆਪਣਾ ਰੁਨਾਚਲ ਦਾ ਸੀਨ ਆ ਸੋ ਇਹ ਜਿਹੜੇ ਸਾਰੇ ਖਿੱਤੇ ਆ ਇਹ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਵੀ ਬੜੇ ਪਿਆਰ ਨਾਲ ਰਹੋ ਤੇ ਉੱਥੇ ਉਸ ਖਿੱਤੇ ਦਾ ਆਪਾਂ ਨੂੰ ਪਤਾ ਹੀ ਆ ਜਿਹਦਾ ਹੁਣ ਆਪਾਂ ਈਵਨ ਫਾਰਮਰ ਪ੍ਰੋਟੈਸਟ ਦੇਖੋ ਤੁਸੀਂ ਕੀ ਹੋ ਰਿਹਾ ਬਿਲਕੁਲ ਉਸ ਖਿੱਤੇ 'ਚ ਇੱਕ ਅਪ੍ਰੈਸਰ ਆ ਤੇ ਇੱਕ ਅਪ੍ਰੈਸਡ ਆ ਜੀ ਸੋ ਤੁਸੀਂ ਸਾਨੂੰ ਇਹ ਕਹਿ ਰਹੇ ਹੋ ਵੀ ਤੁਸੀਂ ਇਕੱਠੇ ਹੋ ਕੇ ਰਹੋ ਹਮਮ ਪਰ ਮੈਂ ਉਹਨਾਂ ਨੂੰ ਭਾਈ ਸਾਹਿਬ ਨੂੰ ਕਿਹਾ ਵੀ ਮੰਨ ਲਓ ਅਸੀਂ ਸਾਰੇ ਇਕੱਠੇ ਹੋ ਜਾਂਦੇ ਆ ਹਮ ਔਰ ਇੱਕ ਦਿਨ 50 ਸਾਲ ਬਾਅਦ 100 ਸਾਲ ਬਾਅਦ ਇੰਨੇ ਇਕੱਠੇ ਹੋ ਜਾਂਦੇ ਆ ਕਿ ਅਸੀਂ ਕਹਿੰਨੇ ਆ ਕਿ ਜਿਹੜਾ ਕਿਉਂਕਿ ਮੈਂ ਬੀਸੀ ਚ ਰਹਿਣਾ ਮੈਂ ਬੀਸੀ ਹਜ਼ਾਰ ਰੁਪਏ ਦਵਾਂਗਾ ਜੀ ਕਿ ਸਾਨੂੰ ਬੀਸੀ ਨੂੰ ਵੱਖ ਕਰ ਦਿਓ ਹਮ ਕਿਉਂਕਿ ਤੁਸੀਂ 800 ਰੁਪਏ ਦੇ ਮੁਲਕਾਂ ਨੂੰ ਨੂੜ ਕੇ ਰੱਖ ਰਹੇ ਹੋ ਬਿਲਕੁਲ ਬਿਲਕੁਲ ਤੇ ਉਹ ਕਹਿੰਦੇ ਜੀ ਇਦਾਂ ਹੱਲੇ ਅਸੀਂ ਸੋਚਿਆ ਨਹੀਂ ਕਿਉਂਕਿ ਉਹ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਮੈਂ ਕਿਹਾ ਮੈਨੂੰ ਪਤਾ ਨਹੀਂ ਇਦਾਂ ਹੋਣਾ ਕਿ ਨਹੀਂ ਹੋਣਾ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਯੂਨਾਈਟਿਡ ਇੰਡੀਆ ਹੈ ਅਖੰਡ ਭਾਰਤ ਹੈ ਸਾਊਥ ਏਸ਼ੀਆ ਹੈ ਇਹ ਸਿਨੋਨਿਮ ਨਹੀਂ ਹੈ ਸਾਰੀ ਸੋ ਜੇ ਉੱਥੇ ਸਰਕਾਰ ਦਾ ਕਿਸੇ ਦਾ ਸੁਪਨਾ ਆ ਵੀ ਇੱਕ ਦਿਨ ਅਸੀਂ ਯੂਨਾਈਟਿਡ ਇੰਡੀਆ ਕਰ ਦੇਣਾ ਤੇ ਜਦੋਂ ਇਹ ਹੋ ਗਿਆ ਕਿਉਂਕਿ ਪਾਰਲੀਮੈਂਟ ਚ ਨਕਸ਼ਾ ਲੱਗਾ ਹੋਇਆ ਤੇ ਜਿਸ ਦਿਨ ਉਹ ਹੋ ਗਿਆ ਹੁਣ ਮੈਨੂੰ ਪਤਾ ਨਹੀਂ ਰੱਬ ਜਾਣੇ ਹੋਣਾ ਕਿ ਨਹੀਂ ਹੋਣਾ ਫਿਰ ਇਹ ਸਾਊਥ ਏਸ਼ੀਅਨ ਟਰਮ ਨੂੰ ਅਖੰਡ ਭਾਰਤ ਦੇ ਵਿੱਚ ਵਰਤਿਆ ਜਾਏਗਾ ਬਦਲਿਆ ਜਾਏਗਾ ਜਾਂ ਯੂਨਾਈਟਿਡ ਇੰਡੀਆ ਕਿ ਫਿਰ ਕੀ ਹੋਏਗਾ ਉਸ ਦਿਨ ਕਿ ਟਰਮ ਹੋਏਗਾ ਸੋ ਕਹਿੰਦੇ ਜੀ ਇਹਦੇ ਬਾਰੇ ਅਸੀਂ ਸੋਚਾਂਗੇ ਇਹ ਬੜੀ ਇੰਟਰਸਟਿੰਗ ਗੱਲ ਹੈ ਸੋਚਾਂਗੇ ਪਰ ਇਹ ਇਨੀਸ਼ੀਏਟਿਵ ਜਿਹੜਾ ਵੰਚਾਰਾ ਨੋਮੈਡ ਕਲੈਕਸ਼ਨਸ ਇਨੀਸ਼ੀਏਟਿਵ ਜਿਹੜਾ ਤੁਸੀਂ ਲਿਆ ਇਹ ਸੋਚਿਆ ਜਦੋਂ ਤੁਸੀਂ ਤੁਸੀਂ ਆਪਣੇ ਆਪ ਨਾਲ ਬਹੁਤ ਸਾਰੇ ਸਵਾਲ ਜਵਾਬ ਕੀਤੇ ਹੋਣੇ ਬਹੁਤ ਵਲਵਲੇ ਹੁੰਦੇ ਇਨਸਾਨ ਨੂੰ ਜਦੋਂ ਅਸੀਂ ਇਸ ਚੀਜ਼ ਨੂੰ ਬਿਲਕੁਲ ਇੱਕ ਤਰ੍ਹਾਂ ਨਾਲ ਵੀ ਨ ਕਾਰਨਾ ਹੈ ਖਤਮ ਕਰ ਦੇਣਾ ਹੈ ਸਾਊਥ ਏਸ਼ੀਅਨ ਤੇ ਮੈਂ ਆਪਣੀ ਆਈਡੈਂਟੀਟੀ ਨੂੰ ਇਕਤਾ ਐਕਸੈਪਟ ਕਰਨਾ ਤੇ ਬੜੇ ਫਕਰ ਦੇ ਨਾਲ ਉਹਨੂੰ ਬਿਆਨ ਵੀ ਕਰਨਾ ਹੈ ਹੁਣ ਤੁਹਾਡੀਆਂ ਵੀਡੀਓਜ਼ ਅਸੀਂ ਦੇਖਦੇ ਆ ਜਿਹੜੀਆਂ ਬਹੁਤ ਸਾਰੇ ਹਰ ਵਰਗ ਦੇ ਮੈਨੂੰ ਲੱਗਦਾ ਵੀ ਲੋਕਾਂ ਨੇ ਉਹ ਵੀਡੀਓ ਸ਼ੇਅਰ ਕੀਤੀ ਹੈ ਵੀ ਆਈ ਐਮ ਨਾਟ ਅ ਸਾਊਥ ਏਸ਼ੀਅਨ ਫਿਰ ਆਪਣੇ ਆਪ ਨੂੰ ਡਿਫਾਈਨ ਕੀਤਾ ਉਹਨਾਂ ਨੇ ਬਜ਼ੁਰਗ ਵੀ ਨੇ ਯੰਗਸਟਰਸ ਵੀ ਨੇ ਬੱਚੇ ਵੀ ਨੇ ਇਸ ਚੀਜ਼ ਜਦੋਂ ਮੈਂ ਬੱਚਿਆਂ ਦੀ ਵੀ ਵੀਡੀਓ ਯੰਗਸਟਰਸ ਦੀ ਵੀ ਦੇਖਦੀ ਆ ਰਾਜੀ ਮੈਨੂੰ ਇਹ ਦੱਸਿਓ ਵੀ ਆਉਣ ਵਾਲੀ ਜਨਰੇਸ਼ਨ ਜਦੋਂ ਇਸ ਚੀਜ਼ ਤੋਂ ਆਪਣਾ ਖਹਿੜਾ ਛਡਾ ਲੇਗੀ ਜਦੋਂ ਇਸ ਇਮਬ੍ਰੇਸ ਕਰ ਲੇਗੀ ਆਪਣੀ ਆਈਡੈਂਟੀਟੀ ਨੂੰ ਤੁਹਾਨੂੰ ਕੀ ਲੱਗਦਾ ਉਹ ਕਿੱਦਾਂ ਦੀ ਮਹਿਸੂਸ ਕਰੇਗੀ ਫੀਲ ਕਰੇਗੀ ਉਸ ਵੇਲੇ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਲਈ ਬੈਟਰਮੈਂਟ ਕੀ ਹੋਏਗੀ ਬੈਟਰਮੈਂਟ ਇਹ ਹੋਏਗੀ ਜੀ ਕਿ ਅਸੀਂ ਡਿਪੈਂਡ ਕਰਦਾ ਵੀ ਕਿਹੜੇ ਆਪਾਂ ਕੰਟੈਕਸਟ ਚ ਦਿਖਣਾ ਆ ਹਮ ਜਿਹੜੀ ਮੈਂ ਇਹ ਸੋਚਦਾ ਨਾ ਇਹ ਮੇਰਾ ذاتی ਖਿਆਲ ਹੈ ਕਿ ਜਿਸ ਤਰ੍ਹਾਂ ਇੱਕ 크੍ਰਿਸਚੀਅਨ ਨੂੰ ਆਪਾਂ ਨੂੰ ਪੁੱਛਣਾ ਨਹੀਂ ਪੈਂਦਾ ਵੀ ਆਰ ਯੂ 크੍ਰਿਸਚੀਅਨ ਕੈਨੇਡੀਅਨ ਯਾ ਆਰ ਯੂ ਯੂਰੋਪੀਅਨ ਕੈਨੇਡੀਅਨ ਸੋ ਇਹ ਮੇਰਾ ਮੰਨਣਾ ਹੈ ਕਿ ਇੱਕ ਦਿਨ ਜਿਹੜੀ ਸਾਡੀ ਟ੍ਰੈਜੈਕਟਰੀ ਇਹ ਹੈ ਕਿ ਸਾਡੇ ਬੱਚਿਆਂ ਨੂੰ ਕੋਈ ਐਵੇਂ ਨਾ ਪੁੱਛੇ ਵੀ ਤੂੰ ਕਿੱਥੋਂ ਆਇਆ ਹਮ ਅਸੀਂ ਕਹੀਏ ਵੀ ਆਰ ਆਲ ਪ੍ਰਾਊਡ ਕੈਨੇਡੀਅਨਸ ਜੇ ਅਸੀਂ ਇਸ ਇੰਨੇ ਖੂਬਸੂਰਤ ਮੁਲਕ 'ਚ ਰਹਿ ਰਹੇ ਹਾਂ ਬਿਲਕੁਲ ਫਿਰ ਸਾਨੂੰ ਜਦੋਂ ਕੋਈ ਤੁਸੀਂ ਹੋਰ ਲਖਬ ਦਿੰਨੇ ਹੋ ਹਮ ਉਹ ਸਾਨੂੰ ਕਿਉਂ ਮਹਿਸੂਸ ਕਰਾਣੇ ਹੋ ਵੀ ਅਸੀਂ ਕਿੱਥੋਂ ਆਏ ਹੋਏ ਹਮ ਮੇਰੀ ਇੱਕ ਆਪਣੇ ਇੱਕ ਸੱਜਣ ਨਾਲ ਗੱਲ ਹੋ ਰਹੀ ਸੀ ਉਹ ਉਹਨਾਂ ਨੇ ਮੈਨੂੰ ਇੱਕ ਮਿਹਣਾ ਮਾਰਿਆ ਉਹ ਕਹਿੰਦੇ ਜੀ ਤੁਸੀਂ ਇਹ ਗੱਲ ਕਰਦੇ ਹੋ ਤੁਸੀਂ ਪੰਜਾਬ ਜਾਂ ਇੰਡੀਆ ਚ ਖਰੇ ਸੀਗੇ ਕਿ ਇੱਥੇ ਆ ਕੇ ਵਧੀਆ ਹੋ ਕਿਹੜੇ ਹਾਲਾਤ ਵਧੀਆ ਨੇ ਮੈਂ ਕਹਾਂ ਜੀ ਮੈਨੂੰ ਤੁਹਾਡੇ ਤੋਂ ਇਹ ਸਵਾਲ ਦੀ ਉਮੀਦ ਨਹੀਂ ਸੀ ਕਿਉਂਕਿ ਸਾਨੂੰ ਇੱਥੇ ਆਇਆ ਨੂੰ ਤਕਰੀਬਨ 113 ਸਾਲ ਹੋ ਗਏ ਨੇ ਔਰ ਇਹ ਸਵਾਲ ਇੱਕ ਖਾਸ ਕਿਸਮ ਦੀ ਸੋਚ ਪੁੱਛਦੀ ਹੈ ਸੋ ਮੈਂ ਹੁਣ ਮੇਰੇ ਸਮਝ ਮੁਤਾਬਕ ਇਹ ਰੇਸ ਸਵਾਲ ਹੈ ਇਹ ਕਿਉਂਕਿ ਐਸੀ ਕਿਸੇ ਬ੍ਰਿਟਿਸ਼ ਨੂੰ ਨਹੀਂ ਪੁੱਛਦੇ ਕਿ ਤੂੰ ਭਾਈ ਕਾਵਨਟਰੀ ਜਾਂ ਸਾਊਥ ਹਾਲ ਚ ਵਧੀਆ ਸੀਗਾ ਕਿ ਇੱਥੇ ਆ ਕੇ ਵਧੀਆ ਹੋ ਗਿਆ ਸੋ ਇਹ ਸਵਾਲ ਪੁੱਛਣਾ ਮناسب ਨਹੀਂ ਹੈਗਾ ਇਹ ਰਾਜੀਤ ਸਿੰਘ ਤੁਸੀਂ ਖਾਣੇ ਬਾਰੇ ਬੜੀ ਵਧੀਆ ਗੱਲ ਕੀਤੀ ਸੀ ਵੀ ਖਾਣਾ ਜਿਹੜਾ ਹੈ ਜਦੋਂ ਅਸੀਂ ਜਾਂਦੇ ਹਾਂ ਕਿਤੇ ਆਰਡਰ ਕਰਦੇ ਹਾਂ ਕਹਿੰਦੇ ਜੀ ਹਾਇਦਰਾਬਾਦੀ ਪੁਲਾਓ ਹੈ ਕਹਿੰਦੇ ਨੇ ਵੀ ਸਾਊਥ ਏਸ਼ੀਅਨ ਪੁਲਾਓ ਖਾ ਲੋ ਤੇ ਕੁਸ਼ੈਰੀ ਬੜੀ ਇੰਟਰਸਟਿੰਗ ਗੱਲ ਕੀਤੀ ਸੀ ਤੁਸੀਂ ਤੁਸੀਂ ਦੇਖੋ ਜੀ ਆਪਾਂ ਨਾ ਪੀਜ਼ੇ ਦੀ ਗੱਲ ਕਰਦੇ ਹਾਂ ਹਾਂ ਸੋ ਪੀਜ਼ਾ ਇਟਾਲੀਅਨ ਪੀਜ਼ਾ ਹੈ ਜੀ ਆਪਾਂ ਚਲੋ ਅਦਰਕ ਧਨੀਆ ਵਾਲਾ ਬਣਾਤਾ ਉਹ ਤਾਂ ਚਲੋ ਵਧੀਆ ਗੱਲ ਹੈ ਆਪਾਂ ਆਪਣੇ ਫਾਦੇ ਦੇ ਹਿਸਾਬ ਨਾਲ ਨਾ ਪਰ ਉਹਦਾ ਵੀ ਆਪਾਂ ਨਾਮ ਰੱਖ ਦਿੰਦੇ ਨੇ ਪੰਜਾਬੀ ਪੀਜ਼ਾ ਹੈ ਨਾ ਜਦੋਂ ਆਪਾਂ ਉਹਨੂੰ ਅਪਣਾਉਣਾ ਹੈ ਬਿਲਕੁਲ ਇਸੀ ਤਰ੍ਹਾਂ A&W ਮੇਰੇ ਖਿਆਲ ਬ੍ਰੈਂਟਨ ਚ ਇੱਕ ਮੈਂ ਖਬਰ ਪੜ ਰਿਆ ਸੀ ਜੀ ਉਹਨਾਂ ਨੇ ਉਹਦਾ ਨਾਮ ਪੀਰੀ ਪੀਰੀ ਕਰਕੇ ਕੁਝ ਸਾਊਥ ਈਸ਼ੀਅਨ 버ਗਰ ਰੱਖ ਦਿੱਤਾ ਇੱਕ ਹੂੰ ਹੂੰ ਸੋ ਪੈਰੀ ਪੈਰੀ ਸੌਸ ਕਾਫੀ ਚੱਲ ਰਹੀ ਹੈ ਆਪਾਂ ਨੈਂਡੋ ਸੇ ਜਾਣਦੇ ਆ ਉੱਥੇ ਆਪ ਨੂੰ ਸਵਾਦ ਹੀ ਲੱਗਦੀ ਹੈ ਸ਼ਾਇਦ ਜਮੇਕਨ ਸੌਸ ਹੈ ਹੁਣ ਜਮੇਕਨ ਨਾਲ ਇਹਨਾਂ ਧੱਕਾ ਨਾ ਨਾ ਕਰੋ ਕਿ ਤੁਸੀਂ ਉਹਦਾ ਜਮੇਕਨ ਵਾਲੀ ਸੌਸ ਦਾ ਨਾਮ ਸਾਊਥ ਈਸ਼ੀਅਨ ਕਰ ਦੋ ਸੋ ਖਾਣੇ ਜਿਹੜੇ ਨੇ ਹੁਣ ਸਾਗ ਤੇ ਮੱਕੀ ਦੀ ਰੋਟੀ ਜਿਸ ਤਰ੍ਹਾਂ ਆਪਾਂ ਓਕੇ ਆਪਾਂ ਜੇ ਅਲਬਰਟਾ ਦੇ حوالے ਤੋਂ ਗੱਲ ਕਰਦੀਆਂ ਹਨਾ ਉੱਥੇ ਇੱਕ ਸਾਊਥ ਏਸ਼ੀਅਨ ਉਹਨਾਂ ਨੇ ਹਾਕੀ ਟੀਮ ਦੇ ਸਾਊਥ ਏਸ਼ੀਅਨ ਨਾਈਟ ਹੋਈ ਸੀਗੀ ਉਹ ਫਿਰ ਉਹਨੂੰ ਮੇਰੇ ਖਿਆਲ ਕਮੈਮੋਰੇਟ ਕੀਤੀ ਸੀ ਸਾਊਥ ਏਸ਼ੀਅਨਸ ਉਹਦੇ ਵਿੱਚ ਸਾਗ ਮੱਕੀ ਦੀ ਰੋਟੀ ਹਾਂ ਬਟਰ ਚਿਕਨ ਹਾਂ ਤੇ ਉਹਦੇ ਵਿੱਚ ਜਿਹੜੀ ਆਪਣੇ ਮੀਨਾ ਕਾਰੀ ਜਾਂ ਕਹਿ ਲਓ ਕਸ਼ੀਦਾ ਕਾਰੀ ਜਿਹੜੀ ਕੱਪੜਿਆਂ ਤੇ ਕੀਤੀ ਹੋਈ ਸੀ ਉਹ ਮੋਟਿਫ ਸ਼ਾਇਦ ਆਪਣੇ ਉਸ ਹਿੰਦੁਸਤਾਨ ਦੇ ਖਿੱਤੇ ਤੋਂ ਸਗਾ ਹੂੰ ਉੱਥੇ ਫਰੈਂਚ ਨੂੰ ਛੱਡ ਕੇ ਪੰਜਾਬੀ ਚ ਨੈਸ਼ਨਲ ਐਂਥਮ ਹੋਇਆ ਜੀ ਔਰ ਬੱਚਿਆਂ ਨੇ ਬਹੁਤ ਸੋਣਾ ਬਹੁਤ ਬਹੁਤ ਅੱਛੀ ਆਵਾਜ਼ ਗਾਇਆ ਬਿਲਕੁਲ ਔਰ ਮੇਰਾ ਖਿਆਲ ਤਾਂਤੀ ਸਾਜ਼ ਲੈ ਕੇ ਕੰਬਲ ਵਿਛਾ ਕੇ ਤੇ ਦਿਮਾਲੇ ਵਾਲੇ ਬੱਚਿਆਂ ਨੇ ਉਹਦੇ ਤੇ ਉਹਦੀ ਟਿਊਨ ਕੱਢੀ ਸੰਗੀਤ ਧੁਨੀ ਕੱਢੀ ਉਹਦੀ ਉਹ ਐਜ਼ ਅ ਪੰਜਾਬੀ ਤਾਂ ਸਾਨੂੰ ਵਧੀਆ ਲੱਗਾ ਹੂੰ ਪਰ ਜਦੋਂ ਮੈਂ ਉਹ ਸ਼ਾਇਦ ਕਈਆਂ ਨੂੰ ਨਾ ਗੱਲ ਸੁਣਨ ਨੂੰ ਵਧੀਆ ਨਾ ਲੱਗੇ ਪਰ ਮੇਰੇ ذاتی ਖਿਆਲ ਹੈ ਔਰ ਜਦੋਂ ਮੈਂ ਉਹਦਾ ਟਵਿੱਟਰ ਤੇ ਤੇ ਹੋਰ ਥਾਵਾਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਜਿਹੜਾ ਫ੍ਰੈਂਕੋਫੋਨ ਸੀਗਾ ਕੈਨੇਡੀਅਨ ਉਹਨੇ ਉਹਦੀ ਬੜੀ ਮੁਖਾਲਫਤ ਕੀਤੀ ਉਹ ਕਹਿੰਦਾ ਜੀ ਤੁਸੀਂ ਇਸ ਫ੍ਰੈਂਚ ਵਰਜਨ ਡਿਲੀਟ ਕਰਕੇ ਜੀ ਤੁਸੀਂ ਪੰਜਾਬੀ ਕਰ ਦਿੱਤਾ ਹਾਂ ਸੋ ਕਈ ਚੀਜ਼ਾਂ ਮੈਨੂੰ ਚੰਗੀਆਂ ਲੱਗਣਗੀਆਂ ਪਰ ਜਦੋਂ ਆਪਾਂ ਆਪਣੇ ਆਪ ਨੂੰ ਫ੍ਰੈਂਚ ਦੇ ਸ਼ੂਜ਼ ਦੇ ਵਿੱਚ ਖੜਕੇ ਦੇਖਣਾ ਆ ਉਹ ਸ਼ਾਇਦ ਨਾ ਵਧੀਆ ਹੋਣ ਹੁਣ ਤੁਸੀਂ ਆਪਣੇ ਆਪ ਨੂੰ ਨੇਪਾਲੀ ਬਣ ਕੇ ਸੋਚੋ ਆਪਣੇ ਆਪ ਨੂੰ ਸ਼੍ਰੀਲੰਕਨ ਬਣ ਕੇ ਸੋਚੋ ਜਾਂ ਅਫਗਾਨੀ ਉਹਨਾਂ ਦੀ ਰਿਪ੍ਰেজੈਂਟੇਸ਼ਨ ਉੱਥੇ ਕੀ ਸੀਗੀ ਸੋ ਸਾਊਥ ਏਸ਼ੀਅਨ ਟਰਮ ਇਹ ਕਰਦੀ ਹੈ ਕਿ ਜਿਹਦਾ ਜ਼ੋਰ ਹੈ ਹੁਣ ਜਿੱਦਾਂ ਮੰਨ ਲਓ ਵੀ ਕੈਨੇਡਾ ਦੇ ਵਿੱਚ ਆਪਾਂ ਜੇ ਟੋਰਾਂਟੋ ਵਾਲਾ ਹਿੱਸਾ ਦੇਖਣਾ ਉੱਥੇ ਸ਼੍ਰੀਲੰਕਨ ਆਪਣਾ ਸਿੱਖ ਭਾਈਚਾਰਾ Hindu ਭਾਈਚਾਰਾ India ਭਾਈਚਾਰਾ ਪੰਜਾਬੀ ਇਹਨਾਂ ਦਾ ਜ਼ੋਰ ਹੈ ਅਫਗਾਨੀਆਂ ਦਾ ਨੇਪਾਲੀਆਂ ਦਾ ਸ਼ਾਇਦ ਨਾ ਹੋਵੇ ਉੱਥੇ ਇਦਾਂ ਆਪਾਂ bc ਦੀ ਗੱਲ ਕਰ ਲਈ ਇਹਦੇ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ ਉਹ ਸੋਚ ਕੇ ਦੇਖਿਓ ਸੋ ਜਿੱਥੇ ਮੈਜੋਰਟੀ ਬਣਦੀ ਆ ਵਿਦਨ ਦਿਸ ਟਰਮ ਹਮ ਉਹਨਾਂ ਦਾ ਜ਼ੋਰ ਕਹਿ ਲੋ ਉਹਨਾਂ ਦਾ ਤੱਕਾ ਕਹਿ ਲੋ ਚੱਲਣਾ ਹੀ ਚੱਲਣਾ ਆ ਉਹ ਤੇ ਜਿਹੜੀਆਂ ਇਸ ਟਰਮ ਦੇ ਵਿਦਨ ਘਟ ਗਣਤੀਆਂ ਉਹਨਾਂ ਨੇ ਕੰਪਲੇਨ ਕਰਨੀ ਆ ਕਿ ਸਾਡੀ ਸੁਣੀ ਨਹੀਂ ਜਾ ਰਹੀ ਫਿਰ ਦੇਖੋ ਇਹ ਫਿਰ ਆਪਾਂ ਕਮਿਊਨਿਟੀਜ਼ ਨੂੰ ਨੇੜੇ ਲਿਆ ਰਹੇ ਆ ਕਿ ਦੂਰ ਕਰ ਰਹੇ ਆ ਹੈਨਾ ਸੋ ਉਸ ਕਰਕੇ ਏ ਮੈਂ ਤਾਂ ਇਹਦੇ ਇੱਕ ਇੱਕਦਮ ਅਸੀਂ اپوز ਕਰਦੇ ਹਾਂ ਇਸ टर्म ਨੂੰ ਬਈ ਇਹ ਡਿਸਮੈਂਟਲ ਹੋਣੀ ਚਾਹੀਦੀ ਹੈ ਡਿਲੀਟ ਹੋਣੀ ਚਾਹੀਦੀ ਆ ਕੈਨੇਡਾ ਦੀ ਯਾਦ ਚੋਂ ਡਿਲੀਟ ਹੋਣੀ ਚਾਹੀਦੀ ਆ ਇਹ ਬਿਲਕੁਲ ਪਹਿਲਾਂ ਤਾਂ ਜੀ ਇੱਕ ਸੁਨੇਹਾ ਜਿਹੜੇ ਪੰਜਾਬ ਤੋਂ ਬੱਚੇ ਬੱਚੀਆਂ ਆ ਰਹੇ ਨੇ ਹਮ ਕਿ ਸਾਨੂੰ ਉਹਨਾਂ ਤੇ ਬਹੁਮਾਨ ਆ ਔਰ ਤੁਸੀਂ ਦੇਖੋ ਉਹ ਕਿੰਨੀ ਮਿਹਨਤਾਂ ਕਰ ਰਹੇ ਨੇ ਇੱਥੇ ਆ ਕੇ ਜੀ ਕਿੰਨੀਆਂ ਮਸ਼ਕਤਾਂ ਕਰਕੇ ਆਪਣਾ ਨਾਮ ਬਣਾ ਰਹੇ ਨੇ ਅ ਔਰ ਮੈਨੂੰ ਪਰਸਨਲੀ ਬਹੁਤ ਪਿਆਰੇ ਲੱਗਦੇ ਨੇ ਹਮ ਜਦੋਂ ਮੈਂ ਉਹਨਾਂ ਨੂੰ ਦੇਖਦਾ ਨਾ ਔਰ ਔਰ ਹਰ ਕਿਸਮ ਦੀ ਇੰਡਸਟਰੀ ਚੋਂ ਕੰਮ ਕਰ ਰਹੇ ਨੇ ਜੀ ਇਸ ਕਰਕੇ ਮੈਨੂੰ ਦਿਲੋਂ ਮਾਣ ਆ ਉਹਨਾਂ ਤੇ ਮੇਰੀ ਇੱਕ ਗੱਲ ਹੋਈ ਸੀਗੀ ਜੀ ਅਨਮਿਊਟ ਚੈਨਲ ਹੈ ਮਹਾਲੀ ਤੋਂ ਹਰਪ੍ਰੀਤ ਸਿੰਘ ਕਾਲੋਂ ਉਹਨਾਂ ਨੇ ਗੱਲਬਾਤ ਕੀਤੀ ਜਦੋਂ ਉਹਨਾਂ ਨੇ ਦੇਖਿਆ ਕਿ ਸਾਊਥ ਏਸ਼ੀਅਨ ਸ਼ਬਦੀ ਮੁਖਾਲਫਤ ਹੋ ਰਹੀ ਕੈਨੇਡਾ ਚ ਔਰ ਐਸੀ ਬੜੀ ਜ਼ੋਰ ਨਾਲ ਇਹਦੀ ਮੁਖਾਲਫਤ ਕਰ ਰਹੇ ਆ ਬਿਲਕੁਲ ਔਰ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਤੇ ਮੈਂ ਕਿਹਾ ਦੇਖੋ ਜੀ ਸਾਡੇ ਬੱਚਿਆਂ ਨੂੰ ਦੱਸ ਦੋ ਕਿ ਜਦੋਂ ਉਹ ਉੱਥੋਂ ਚੜਨ ਇੱਧਰ ਨੂੰ ਤੇ ਇੱਕ ਗੱਲ ਲੜ ਬਣ ਲੈਣਾ ਕਿ ਤੁਸੀਂ ਉਹ ਨਾ ਸ਼ਾਇਦ ਮੇਰਾ ਦਾਗिस्तान ਪੜੀ ਹੋਵੇ ਜੀ ਬਿਲਕੁਲ ਉਹਦੇ ਵਿੱਚ ਜਿਹੜਾ ਰਸੂਲ ਹਮਜ਼ਾ ਤੋ ਜਦੋਂ ਉਹ ਤੁਸੀਂ ਪੂਰੀ ਕਹਾਣੀ ਤਾਂ ਖੈਰ ਮੈਂ ਨਹੀਂ ਸੁਣਾਵਾਂਗਾ ਕਿ ਜਦੋਂ ਮਾਂ ਉਹ ਬੱਚਾ ਗੁੰਮ ਜਾਂਦਾ ਤੇ ਫਿਰ ਉਹਨੂੰ ਆਸ ਹੁੰਦੀ ਹੈ ਵੀ ਜਿਉਂਦਾ ਹੈ ਤੇ ਉਹ ਇੱਕ ਸ਼ਖਸ ਨੂੰ ਮਿਲਦਾ ਉਹ ਉਹਨੂੰ ਦੱਸਦਾ ਕਿ ਤੇਰਾ ਜਵਾਕ ਜਿੰਦਾ ਹੈ ਜੀ ਉਹ ਕਹਿੰਦੀ ਅੱਛਾ ਉਹ ਕਹਿੰਦੀ ਉਹ ਬੋਲੀ ਕੀ ਬੋਲਦਾ ਉਹ ਮਾਂ ਬੋਲੀ ਬੋਲਦਾ ਉਹ ਉਹ ਕਹਿੰਦਾ ਨਹੀਂ ਉਹ ਮਾਂ ਬੋਲੀ ਨਹੀਂ ਬੋਲਦਾ ਤੇ ਉਹ ਕਪੜਾ ਵਿਛਾ ਕੇ ਰੋਣ ਲੱ ਪੈਂਦੀ ਹੈ ਸੋ ਇਹੀ ਆਪਣੇ ਨਾਲ ਹੋ ਰਿਹਾ ਇਹ ਜਦੋਂ ਜਿਹੜੀ ਆਪਣਾ ਆਈਡੈਂਟੀਟੀ ਦੀ ਗੱਲ ਕਰ ਰਹੇ ਆ ਅ ਔਰ ਇਹ ਮੈਂ ਜਿਹੜੇ ਸਟੂਡੈਂਟ ਨੇ ਸਾਡੇ ਪੁੱਤਰ ਨੇ ਧੀਆਂ ਨੇ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਕੱਲ ਦਾ ਇਤਿਹਾਸ ਲਿਖਣਾ ਕੈਨੇਡਾ ਚ ਜੀ ਔਰ ਜਿੱਥੇ ਤੁਸੀਂ ਇੰਨੀਆ ਮਿਹਨਤਾਂ ਮੁਸ਼ਕਤਾ ਕਰ ਰਹੇ ਹੋ ਆਪਣੇ ਸਰੂਪ ਤੇ ਸਿਧਾਂਤ ਨੂੰ ਜਰੂਰ ਬਚਾ ਕੇ ਰੱਖਿਓ ਆਪਣੀ ਦੇਖਣ ਨੂੰ ਆਪਣੀ ਪਛਾਣ ਨੂੰ ਕਿਉਂਕਿ ਆਇਡੈਂਟੀਟੀ ਜਦੋਂ ਮੁੱਕ ਜਾਂਦੀ ਹੈ ਫੇਰ ਉਹਦੇ ਬਾਹਰ ਇੱਕ ਜਿੱਦੋਜਾਜ ਸ਼ੁਰੂ ਹੋ ਜਾਂਦੀ ਹੈ ਔਰ ਉਹ ਫਿਰ ਬਹੁਤ ਲੰਬੀ ਚੱਲਦੀ ਆ ਉਹ ਜੂਈਸ਼ਾਂ ਦੀ ਐਗਜ਼ੈਂਪਲ ਆਪਣੇ ਸਾਹਮਣੇ ਹੈ 1200 ਸਾਲ ਜੀ ਤੁਸੀਂ ਦੇਖੋ ਕਿ ਜੇ ਆਪਾਂ ਆਪਣੇ ਸੁਣਨ ਵਾਲਿਆਂ ਨੂੰ ਇੱਕ ਸਵਾਲ ਕਰਾਂਗੇ ਨਾ ਕਿ ਆਪਾਂ ਜੂਸ਼ਾ ਨੂੰ ਜਿਹੜੀ ਬਹੁਤ ਰਿਸਪੈਕਟਡ ਕਮਿਊਨਿਟੀ ਆ ਕੈਨੇਡੀਅਨ ਉਹਨਾਂ ਨੂੰ ਆਪਾਂ ਮਿਡਲ ਈਸਟਰਨ ਕਹਿ ਸਕਦੇ ਆ ਉਹਨਾਂ ਨੂੰ ਇੱਕ ਪਲ ਛਣ ਲਈ ਸੋਚਣਾ ਨਹੀਂ ਪੈਣਾ ਉਹਨਾਂ ਨੇ ਕਹਿਣਾ ਨਹੀਂ ਕਹਿ ਸਕਦੇ ਬਿਲਕੁਲ ਫਿਰ ਆਪਾਂ ਇਹ ਸਵਾਲ ਕਰਾਂਗੇ ਕਿਉਂ ਤੁਹਾਨੂੰ ਇੰਨੀ ਕਲੈਰਿਟੀ ਕਿਉਂ ਆ ਉਹਨਾਂ ਦੇ ਮਾਮਲੇ 'ਚ ਕਿਉਂਕਿ ਇਹ ਮੈਂ ਹੁਣ ਜਿਹੜੇ ਸੁਣ ਰਹੇ ਆ ਮੈਂ ਉਹਨਾਂ ਨੂੰ ਵੀ ਸਵਾਲ ਕਰਦਾ ਕਿ ਜੂਸ਼ਾ ਨੂੰ ਮਿਡਲ ਈਸਟਰਨ ਕਿਹਾ ਜਾ ਸਕਦਾ ਉਹਨਾਂ ਦਾ ਇੱਕਦਮ ਨੀ ਜਾ ਕੇ ਰਿਐਕਸ਼ਨ ਹੋਏਗਾ ਨਹੀਂ ਨਹੀਂ ਤੋ ਇਹ ਕਲੈਰਿਟੀ ਆਪਾਂ ਨੂੰ ਆਪਣੀ ਪਛਾਣ ਦੇ ਮਾਮਲੇ 'ਚ ਕਿਉਂ ਨਹੀਂ ਹੈਗੀ ਕਿਉਂਕਿ ਜਿਹੜੇ ਘਰ-ਬਾਰ ਕੌਮਾਂ ਤਗੜੀਆਂ ਹੁੰਦੀਆਂ ਨੇ ਉਹ ਉਹ ਡੈਫੀਨੇਸ਼ਨ ਸੈੱਟ ਕਰਦੀਆਂ ਨੇ ਉਹ ਉਹ ਤੁਹਾਨੂੰ ਇਹ ਦੱਸਦੀਆਂ ਨੇ ਕਿ ਜਦੋਂ ਤੁਸੀਂ ਘਰੋਂ ਆਪਣੇ ਕੰਮ ਤੇ ਜਾਣਾ ਤੁਸੀਂ ਸੜਕ ਦੇ ਕਿਹੜੇ ਪਾਸੇ ਗੱਡੀ ਚਲਾਉਣੀ ਆ ਕਿਲੋਮੀਟਰਾਂ 'ਚ ਚਲਾਉਣੀ ਆ ਕਿ ਮੀਲਾਂ 'ਚ ਚਲਾਉਣੀ ਆ ਜੀ ਜਦੋਂ ਖਾਣਾ ਖਾਣਾ ਉਹ ਪੌਂਡਾਂ 'ਚ ਲੈਣਾ ਕਿ ਕਿਲੋਗ੍ਰਾਮਾਂ 'ਚ ਲੈਣਾ ਈਵਨ ਜਦੋਂ ਤੁਹਾਨੂੰ ਬੁਖਾਰ ਤਾਪ ਚੜਿਆ ਹੋਇਆ ਉਹ ਵੀ ਉਹ ਤੁਹਾਨੂੰ ਦੱਸ ਦਿੰਨੇ ਕਿ ਸੈਂਟੀਗ੍ਰੇਡ ਜਾਂ ਫੈਰਨਹਾਈਟ 'ਚ ਲੈਣਾ ਆ ਜੀ ਇਹ ਰਾਜ ਸ਼ਕਤੀ ਦੇ ਕਮਾਲ ਹੁੰਦੇ ਨੇ ਸੋ ਅਸੀਂ ਜਦੋਂ ਇਸ ਮੁਲਕ 'ਚ ਰਹਿ ਰਹੇ ਆ ਘਟੋ ਘਟ ਅਸੀਂ ਆਪਣੀ ਪਛਾਣ ਤਾਂ ਬਚਾਈ ਸਕਦੇ ਆ ਨਾ ਕਿਉਂਕਿ ਹੁਣ ਦੇਖੋ April 'ਚ ਸਿੱਖ ਹੈਰੀਟੇਜ ਮੰਥ ਹੋਣਾ ਆ ਜੀ ਔਰ ਇਹ ਜਿਹੜੇ ਸੱਜਣ ਸਿੱਖ ਹੈਰੀਟੇਜ ਮੰਥ ਮਨਾਉਂਦੇ ਨੇ ਹੂੰ ਆਫੀਸ਼ੀਅਲੀ ਤੌਰ ਤੇ ਗ੍ਰਾਂਟ ਲੈਂਦੇ ਨੇ ਸਰਕਾਰ ਤੋਂ ਔਰ ਉਹ ਉਹਦੇ ਬਾਰੇ ਦੱਸਦੇ ਨੇ ਉਹਨਾਂ ਨੂੰ ਬਹੁਤ ਬੇਨਤੀ ਹੈ ਵੀ ਜਿਹੜਾ ਇਹ ਸ਼ਬਦ ਹੈ ਸਾਊਥ ਏਸ਼ੀਆਨ ਘੱਟੋ-ਘੱਟ ਉਸ ਮਹੀਨੇ 'ਚ ਤਾਂ ਨਾ ਵੜਨ ਦਿਓ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕਿਉਂਕਿ ਮੈਂ ਉਹ ਨਾ ਲਾਅ ਪੜ੍ਹਿਆ ਇਸ ਫੈਡਲ ਲਾਅ ਰਾਇਲ ਅਸੈਂਟਰ ਨੂੰ ਮਿਲੀ ਹੋਈ ਆ ਉਹ ਬੜਾ ਐਕਸਕਲੂਸਿਵ ਮੰਥ ਐ ਸਿੱਖਾਂ ਲਈ ਔਰ ਉਹਦੇ 'ਚ ਲਿਖਿਆ ਹੋਇਆ ਵੀ ਜਿਹੜੀ ਸਿੱਖਾਂ ਦੀ ਕੰਟਰੀਬਿਊਸ਼ਨ ਆ ਉਹਦੇ ਲਈ ਸਿੱਖ ਕੈਨੇਡੀਅਨਸ ਨੂੰ ਪੰਜਾਬੀ ਲੈਂਗੁਏਜ ਨੂੰ ਤੇ ਗੁਰਮੁਖੀ ਸਕ੍ਰਿਪਟ ਨੂੰ ਅਸੀਂ ਮਾਨ ਦੇ ਰਹੇ ਹਾਂ ਜੀ ਸੋ ਜਿਹੜੇ ਵੀ ਉਸ ਮਹੀਨੇ ਮਨਾਉਣ ਵਾਲੇ ਜੇ ਸਾਊਥ ਏਸ਼ੀਆਨ ਟਰਮੋ ਦੇ ਵਿੱਚ ਇਨਫਿਊਜ਼ ਇੰਟਰੋਡਿਊਸ ਪੋਲਾਈਟਲੀ ਜਾਂ ਸਬਲੀਮਨਲੀ ਕਰੂਗੇ ਉਹ ਮੇਰੇ ਖਿਆਲੋਂ ਈਵਨ ਕੈਨੇਡੀਅਨ ਕਾਨੂੰਨ ਦੇ ਵਿਰੁੱਧ ਖੜੇ ਨੇ ਹੂੰ ਹੂੰ ਜਿਹੜਾ ਮਈ ਦਾ ਮਹੀਨਾ ਆ ਉਹ ਏਸ਼ੀਆਨ ਜਾਂ ਸਾਊਥ ਏਸ਼ੀਆਨ ਮੰਥ ਆ ਉੱਥੇ ਜੀ ਸਦਕੇ ਜਿਨ੍ਹਾਂ ਨੇ ਮਨਾਉਣਾ ਮਨਾ ਲੈਣ ਕਿਉਂਕਿ ਇਹ ਜਿੱਦੋਂ ਆਪਾਂ ਕਹਿੰਦੇ ਨੇ ਨਾ ਇਸ ਫ੍ਰੀ ਕੰਟਰੀ ਫ੍ਰੀडम ਆਫ ਸਪੀਚ ਫਿਰ ਜੇ ਕੋਈ ਇਹ ਕਵੇ ਨਹੀਂ ਜੀ ਮੈਂ ਆਪਣੇ ਆਪ ਨੂੰ ਨਾ ਤਾਂ ਹਿੰਦੂ ਕੈਨੇਡੀਅਨ ਕਹਾਉਣਾ ਨਾ ਆਪਣੇ ਆਪ ਨੂੰ ਪੰਜਾਬੀ ਕੈਨੇਡੀਅਨ ਜਾਂ ਮੁਸਲਮ ਕੈਨੇਡੀਅਨ ਐਦਾਂ ਨਹੀਂ ਆਈਡੈਂਟੀਫਾਈ ਕਰਨਾ ਮੈਂ ਸਾਊਥ ਏਸ਼ੀਅਨ ਆ ਉਹ ਅਸੀਂ ਉਹਦਾ ਵੀ ਸਤਿਕਾਰ ਕਰਦੇ ਆ ਅਸੀਂ ਕਹਿੰਦੇ ਆ ਚਲੋ ਠੀਕ ਹੈ ਜੀ ਵੀ ਜੇ ਤੁਹਾਨੂੰ ਇਹ ਕਹਿਣ ਚ ਸੰਗ ਜਾਂ ਸ਼ਰਮ ਲੱਗਦੀ ਆ ਵੀ ਤੁਸੀਂ ਸਿੱਖ ਕੈਨੇਡੀਅਨ ਨਹੀਂ ਤੁਸੀਂ ਪੰਜਾਬੀ ਤੁਸੀਂ ਸਾਊਥ ਏਸ਼ੀਅਨ ਕਹਾ ਲਓ ਜੇ ਇਹਦੇ ਵੀ ਤੁਹਾਨੂੰ ਲੱਗਦਾ ਅਸੀਂ ਉਹ ਉਹਨਾਂ ਨਾਲ ਐਗਰੀ ਆਂ ਪਰ ਇਹ ਕਲੈਕਟਿਵਲੀ ਨਾ ਸਾਡੇ ਤੇ ਥੋਪੋ ਸਾਡੀ ਆਇਡੈਂਟੀਟੀ ਨਾ ਡਿਲੀਟ ਕਰੋ ਕਿਉਂਕਿ ਸਾਨੂੰ ਆਪਣੇ ਵਿਰਸੇ ਆਪਣੇ ਸੱਭਿਆਚਾਰ ਤੇ ਬਹੁਤ ਮਾਣ ਹੈ ਸਾਨੂੰ ਇਸ ਮੁਲਕ ਤੇ ਬਹੁਤ ਮਾਣ ਹੈ ਬਿਲਕੁਲ